ਗਲਤ ਰਾਹ 'ਤੇ ਤੁਰਿਆ ਜਾਂਦਿਆਂ ਵੀ
ਪੱਖਾਂ ਵਾਲੇ ਹੁੰਦੇ ਵੈਸੇ, ਜਿਨ੍ਹਾਂ ਨੂੰ ਕੁਝ ਦੱਸੇ ਵੀ ਤੂੰ ਗਲਤ ਰਾਹ 'ਤੇ ਜਾ ਰਿਹਾ, ਜੇ ਤੂੰ ਸੁਣੋ ਟਿਕੋ ਗੁਰੂ ਕੇ ਸਿੱਖੋ। ਉਹ ਪੱਗਾਂ ਵਾਲੇ ਹੁੰਦੇ ਜਿਨ੍ਹਾਂ ਨੂੰ ਕੋਈ ਕਹਿ ਦੇ ਵੀ ਤੂੰ ਗਲਤ ਰਾਹ 'ਤੇ, ਉਹ ਅੱਗੋਂ ਆਖੀ ਜੀ ਸੱਤ ਵਚਨ ਤੁਸੀਂ ਦੱਸ ਦਿਓ। ਇਸ ਜੱਗ 'ਚ ਬਹੁਤ ਘੱਟ ਨੇ ਜਿਹੜੇ ਇਹ ਸੁਣਨ ਤੋਂ ਬਾਅਦ ਵੀ ਨਹੀਂ ਮੁੜਦੇ, ਕਹਿੰਦੇ ਨਹੀਂ ਜਿੱਧਰ ਜਾ ਰਹੇ ਹਾਂ ਠੀਕ ਹੀ ਤਾਂ ਹੈ, ਪਕੜ ਰਹੇ ਹੋ ਨਾ, ਠੀਕ ਹੀ ਤਾਂ ਹੈ ਜਿੱਧਰ ਜਾ ਰਹੇ ਹਾਂ। ਤੁਸੀਂ ਇੱਥੋਂ ਸਕਰਮੰਡ ਜਾਣਾ ਹੈ, ਆਖੋ ਹੇ ਵਾਹਿਗੁਰੂ, ਅੱਗੇ ਸਾਈਨ ਬੋਰਡ ਆਉਂਦੇ ਵੀ ਸਕਰਮੰਡ ਇੰਨੀ ਦੂਰ ਰਹਿ ਗਿਆ, ਇੰਨਾ ਤੂੰ ਤੈਅ ਕਰ ਲਿਆ ਅਤੇ ਇੰਨਾ ਤੇਰਾ ਪੈਂਡਾ। ਤੁਸੀਂ ਕਦੀ ਚੈੱਕ ਨਹੀਂ ਕਰੋਗੇ, ਕੋਈ ਸਾਈਨ ਬੋਰਡ ਆਇਆ ਕਦੀ ਜ਼ਿੰਦਗੀ 'ਚ ਇੰਨਾ ਤੇਲ ਫੂਕ ਰਿਹਾ, ਆਖੋ ਵਾਹਿਗੁਰੂ। ਕੋਈ ਇਸ਼ਾਰੇ ਮਿਲੇ ਵੀ ਜਦੋਂ ਨੂੰ ਤੂੰ ਤੁਰਿਆ ਜਾ ਰਿਹਾ, ਤੇਰੀ ਮੰਜ਼ਿਲ ਲਾਗੇ ਆ ਰਹੀ, ਨੋਟ ਕਰ ਰਹੇ ਹੋ, ਜੁੜ ਕੇ ਸੁਣ ਰਹੇ ਹੋ ਵੀ ਜਿੱਧਰ ਨੂੰ ਤੂੰ ਜਾ ਰਿਹਾ ਹੈ ਉੱਥੇ ਗੱਡੀ ਦੀ ਗੱਲ ਆ, ਇੱਥੇ ਸਵਾਸਾਂ ਦੀ ਗੱਲ ਆ। ਉੱਥੇ ਗੱਡੀ ਦਾ ਤੇਲ ਫੁੱਕਦਾ ਹੈ, ਇੱਥੇ ਸੁਰਤ ਜਿਹੜੀ ਵਿਚਾਰੀ ਜੀਵ ਆਤਮਾ ਕਦੀ ਮੜੀਆਂ ਨੂੰ ਤੁਰ ਪਈ, ਕਦੀ ਪੱਥਰਾਂ ਵੱਲ ਨੂੰ ਤੁਰ ਪਈ, ਆਖੋ ਵਾਹਿਗੁਰੂ। ਕਦੀ ਧਾਗਿਆਂ ਤਵੀਤਾਂ ਵਹਿਮਾਂ ਭਰਮਾਂ ਇਹਨਾਂ ਪਖੰਡੀਆਂ ਦੇ ਚੱਕਰ 'ਚ ਪੈ ਕੇ ਤੁਰੀ ਤਾਂ ਜਾ ਰਹੀ ਹੈ ਨਾ, ਸਵਾਸਾਂ ਦਾ ਤੇਲ ਤਾਂ ਬਣ ਲਿਆ ਨਾ, ਹੁਣ ਉਹ ਕਿੱਥੋਂ ਮਿਲੂ? ਪਤਾ ਲੱਗਾ ਧੀਏ, ਉਹ ਕਿੱਥੋਂ ਮਿਲੂ? ਮੋੜਤਾ ਕਿਸੇ ਨੇ, ਉਹ ਪੱਗਾਂ ਵਾਲਾ ਸੀ ਜਿਹੜਾ ਮੁੜ ਪਿਆ ਇਸ ਪੜਾਅ 'ਤੇ। ਅੱਜ ਮੇਰੇ ਪੰਜਵੇਂ ਪਾਤਸ਼ਾਹ ਜੀ ਕਹਿੰਦੇ ਬੜੀ ਨਿਮਰਤਾ ਚਾਹੀਦੀ, ਬੜੀ ਨਿਮਰਤਾ ਚਾਹੀਦੀ ਇਹ ਕਹਿਣ ਨੂੰ ਵੀ ਕਰ ਕਿਰਪਾ ਮੋਏ ਮਾਰਗ ਪਾਵੋ। ਬੋਲੋ ਹਾਂ, ਮੈਂ ਭੁੱਲ ਗਈ ਰਾਹ, ਮੇਰੇ ਗੁਰੂ ਨੇ ਕਿਹਾ ਸੀ ਰਾਹ ਵਾ ਮਿਲ ਸਾਧ ਸੰਗਤ ਭਜ, ਕਿਰਪਾ ਕਰੋ ਗੁਰੂ ਕੇ ਸਿੱਖੋ, ਸੰਤ ਜਨੋ ਪਿਆਰਿਓ ਮੈਨੂੰ ਰਾਹੇ ਪਾਓ, ਅਤੇ ਰਾਹ ਮੈਨੂੰ ਉਹ ਵਿਖਾਇਓ ਜਿਹੜਾ ਮੇਰੇ ਬਾਪੂ ਨੇ ਦੱਸਿਆ, ਭਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ, ਤੇਰਾ ਆਖਰੀ ਡੈਸਟੀਨੇਸ਼ਨ ਗੋਬਿੰਦ ਦਾ ਮਿਲਾਪ ਹੈ, ਗੋਬਿੰਦ ਦਾ ਮਿਲਾਪ ਤੈਨੂੰ ਹੋਣਾ ਕਿਤਰਾ ਹੈ, ਮਿਲ ਸਾਧ ਸੰਗਤ ਭਜ, ਇਹਦੇ ਤੋਂ ਹੋਰ ਕੋਈ ਰਾਹ ਹੀ ਨਹੀਂ, ਕੋਈ ਵੇ ਹੀ ਨਹੀਂ, ਸਤਸੰਗਤ ਵਿੱਚ ਆਣ ਕੇ ਜਿੰਦ ਵਾਹਿਗੁਰੂ 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 ਤਗੜਿਓ ਵਾਹਿਗੁਰੂ 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 ਵਾਹਿਗੁਰੂ
ਇਹ ਨਾ ਸੋਚਣਾ ਵੀ ਗੁਰੂ ਗ੍ਰੰਥ ਸਾਹਿਬ ਦੀਆਂ ਅੱਖਾਂ ਨਹੀਂ, ਸਾਰਿਆਂ ਨੂੰ ਦੇਖਦਾ ਹੈ ਗੁਰੂ, ਨਜ਼ਰ ਪਾ ਦਿੰਦਾ। ਫਿਰ ਮਨ ਹਰ ਭਗਤੀ ਸੰਗ ਸੀਵਨਾ, ਇੱਥੇ ਲਿਆ ਕੇ ਆਪਣੀ ਸੁਰਤ ਨੂੰ ਜਦੋਂ ਵਾਹਿਗੁਰੂ, ਇੱਥੇ ਤੁਹਾਡੇ ਹੁਣ ਕੋਈ ਸੂਈ ਨਹੀਂ, ਜਦੋਂ ਤੁਸੀਂ ਸੀਣ ਡਏ ਹੋ ਕੋਈ ਹੋਰ ਵੀ ਸੀ ਰਿਹਾ, ਤੁਹਾਡਾ ਹੰਕਾਰ ਨਹੀਂ ਹੋਇਆ ਵੀ ਮੈਂ ਬੈਠਾ। ਜਿੱਥੇ ਤੁਸੀਂ ਇਕੱਲੇ ਬੈਠੇ ਨਾਮ ਜਪਦੇ ਹੋ, ਨਾਲ ਨਾਲ ਗੱਲ ਹੁੰਦੀ ਹੋਰ, ਪਤਾ ਨਹੀਂ ਕੋਈ ਜਪਦਾ ਨਹੀਂ, ਮੈਂ ਤਾਂ ਜਪਣ ਡਿਆ, ਐਸਾ ਹੁੰਦਾ ਕਿ ਨਹੀਂ? ਹੋਰ ਪਤਾ ਨਹੀਂ ਕੋਈ ਨਾਲ ਦੇ ਘਰ ਵਿੱਚ ਕੋਈ ਜਪਦਾ ਹੈ ਕਿ ਨਹੀਂ, ਮੈਂ ਤਾਂ ਜਪ ਰਿਹਾ, ਮੈਂ ਜਪ ਰਿਹਾ ਅਤੇ ਸੂਈ ਵੀ ਤੇਰੀ ਅਤੇ ਧਾਗਾ ਵੀ ਤੇਰਾ। ਇੱਥੇ ਨਾ ਤੇਰੀ ਸੂਈ ਨਾ ਤੇਰਾ ਧਾਗਾ, ਇੱਥੇ ਦੀ ਮੇਲ ਸੀਲਾ ਕੱਪੜੇ। ਵਾਹਿਗੁਰੂ 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 ਵਾਹਿਗੁਰੂ। ਛੱਡਦੇ ਸਾਰੇ ਵਿਚਾਰ, ਸਾਰੇ ਛੋਟ ਵਿਚਾਰ ਮੈਂ, ਤੁਸੀਂ ਹੋਰ ਛੁੱਟ ਲਓ ਬੜੇ ਸੌਖੇ। ਰਹਿਰਾਸ ਸਾਹਿਬ ਕੌਣ ਕੌਣ ਕਰਕੇ ਆਇਆ?
ਹੱਥ ਖੜਾ ਕਰੋ ਕਰਕੇ ਅੱਖ ਹੋਏ ਸ਼ਾਬਾ ਚਲੋ ਜਾ ਕੇ ਕਰਿਓ ਰਹਿ ਰਾਜ ਸਾਹਿਬ ਜ਼ਰੂਰ ਪੜ੍ਹਿਆ ਕਰੋ ਅੱਖ ਹੋਏ ਕਰੋ ਇੱਕ ਗੱਲ ਤਾਂ ਤੁਸੀਂ ਛੁੱਟ ਦਿਓ ਰਹਿ ਰਾਸ ਵਿੱਚ ਮਗਰ ਉੱਤੋਂ ਦੀ ਨੰਗ ਹੈ ਸੁਰਤ ਉੱਤੋਂ ਦੀ ਨੰਗ ਹੈ ਕਿਹੜੀ ਗੱਲ ਆ ਤੂੰ ਕਰਤਾ ਹਾਂਜੀ ਹਾਂ ਬੱਚੀਏ ਤੂੰ ਕਰਤਾ ਇੰਨਾ ਕਹਿ ਕੇ ਕਰਨਾ ਹੋ ਨਾਹੀਂ ਤੂੰ ਕਰਤਾ ਮੈਂ ਨਾਹੀਂ ਮੈਂ ਨਹੀਂ ਕੁਛ ਕਰ ਸਕਦਾ ਹਾਜ਼ਰੋ ਜੀ ਰੋਜ਼ ਪੜ੍ਹਦੇ ਹੋ ਰਹਿ ਰਾਸਤਾ ਵਿੱਚ ਕਦੀ ਵਿਚਾਰਿਆ ਜਿਹਦੇ ਕੋਲ ਤੁਸੀਂ ਕਦੀ ਖਲੋਤੇ ਨਹੀਂ ਉਹਦੀ ਗੱਲ ਦੀ ਸਮਝ ਕਿਸ ਤਰ੍ਹਾਂ ਪੈ ਜਾਏ ਅੱਖ ਹੋਏ ਗੁਰੂ ਤੂੰ ਕਰਤਾ ਕਰਨਾ ਮੈਂ ਨਾ ਸੱਚਮੁੱਚ ਹੀ ਛੁੱਟ ਸਕਦੇ ਹੋ ਇੰਨੀ ਕੁ ਗੱਲ ਕਹਿ ਕੇ ਜਾਂ ਹੋਂ ਕਰੀ ਨਾ ਹੋਈ ਜਾਂ ਹੋਂ ਕਰੀ ਛੁੱਟ ਸਕਦੇ ਆਪਾਂ ਇੰਨੀ ਗੱਲ ਕਹਿ ਕੇ ਵੀ ਜਾਂ ਹੋਂ ਕਰੀ ਜੇ ਕਿਤੇ ਇੰਨੇ ਵੀ ਅਸੀਂ ਸਰੈਂਡਰ ਹੋ ਜਾਈਏ ਤੂੰ ਕਰਤਾ ਹੈ ਕਰਨਾ ਮੈਂ ਨਾ ਹੀ ਹੇ ਵਾਹਿਗੁਰੂ ਜੀ ਕਰਨ ਵਾਲਾ ਵੀ ਤੂੰ ਹੈ ਸਿਮਰਨ ਕਰਾਉਣ ਵਾਲਾ ਵੀ ਤੂੰ ਅਤੇ ਸਿਮਰਨ ਕਰਨ ਵਾਲਾ ਵੀ ਤੂੰ ਹੈ ਬੜੀ ਛੇਤੀ ਬੇੜੀ ਬੰਨੇ ਲੱਗਦੀ ਤੂੰ ਕਰਤਾ ਅੱਗੇ ਪੜ੍ਹੋ ਹਾਂ ਜਾਂ ਹੋ ਕਰੀ ਨਹੀਂ ਮੈਂ ਬਹੁਤ ਛੋਟਾ ਤੂੰ ਬਹੁਤ ਵੱਡਾ ਹੈ ਅੱਖ ਵਾਹਿਗੁਰੂ ਮੇਰੇ ਬੋਲ ਬਹੁਤ ਛੋਟੇ ਨੇ ਤੇਰੀ ਮੰਜ਼ਿਲ ਬਹੁਤ ਵੱਡੀ ਹੈ ਜਾਂ ਹੋ ਕਰੀ ਬਸ ਮੈਂ ਤਾਂ ਇਹ ਕਹਿ ਸਕਦਾ ਬਲਹਾਰੀ ਉਧਰ ਤਵੱਸਿਆ ਤੇਰਾ ਅੰਤ ਨਾ ਜਾਈ ਲੱਖਿਆ ਦਾ ਮਤਲਬ ਕੀ ਕਰੋਗੇ ਨਹੀਂ ਨਹੀਂ ਜਾਣਿਆ ਨਹੀਂ ਜਾਂਦਾ ਲੱਖਣਾ ਮਣੇ ਹੁੰਦਾ ਹੈ ਜਾਣਨਾ ਲੱਖਣਾ ਇੱਕ ਵਚਨ ਹੋਰ ਇੱਕ ਮਿੰਟ ਲਈ ਕਹਿੰਦਾ ਆਖੋ ਵਾਹਿਗੁਰੂ ਗੱਜ ਕੇ ਬੋਲੋ ਵਾਹਿਗੁਰੂ ਸਾਰੇ ਲੋਕ ਕਹਿੰਦੇ ਰੱਬ ਕਿਸੇ ਨੇ ਵੇਖਿਆ ਨਹੀਂ ਪਤਾ ਨਹੀਂ ਹੈ ਵੀ ਕਿ ਨਹੀਂ ਹਾਜ਼ਰ ਹੋ ਨਾ ਸਾਰੇ ਟਿਕੇ ਹੋ ਨਾ ਪਤਾ ਨਹੀਂ ਹੈ ਵੀ ਕਿ ਨਹੀਂ ਮੇਰਾ ਬਾਬਾ ਅੱਗੋਂ ਕਹਿੰਦਾ ਨਹੀਂ ਇਤਰਾਂ ਦੇ ਅੰਦਰ ਥੋਟ ਚੱਲਣ ਡਿਆ ਸੀ ਅਤੇ ਅੰਦਰ ਆਵਾਜ਼ ਆਈ ਹੈ ਤਾਂ ਸਹੀ ਕੀ ਹੈ ਤੂੰ ਨੇ ਹੈ ਤਾਂ ਸਹੀ ਬੋਲੋ ਮਤਲਬ ਹੈਗਾ ਤਾਂ ਹੈ ਇਹ ਬਾਪੂ ਕਹਿੰਦਾ ਤੇਰੇ ਚੱਲਦੇ ਹੋਏ ਵਿਚਾਰਾਂ ਦੇ ਉੱਤੇ ਚੋਟ ਕਰਦਾ ਮੇਰਾ ਬਾਪੂ ਜਦੋਂ ਤੂੰ ਕਹਿੰਦਾ ਨਾ ਕੀਵਤਾ ਹੈਗਾ ਕਿ ਨਹੀਂ ਅਤੇ ਤੇਰੇ ਕੰਨ 'ਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਹੈ ਤਾਂ ਸਹੀ ਲਖੇ ਜੋ ਕੋਈ ਜਾਣੇ ਕੋਈ ਤੇ ਹੈ ਤਾਂ ਸਹੀ ਅੱਖੋ ਵਾਹਿਗੁਰੂ ਪਕੜ ਰਹੇ ਹੋ ਨਾ ਹੈ ਤਾਂ ਸਹੀ ਲਖੇ ਲਖੇ ਮਨੇ ਜਾਣੇ ਲਖੇ ਜੋ ਕੋਈ ਆਖਿਆ ਦਿਸਦਾ ਨਹੀਂ ਕਹਿੰਦੇ ਜਸ ਉਹ ਹੈ ਬੋਲੋ ਇਹਦਾ ਮਤਲਬ ਜਿੱਥੇ ਉਹ ਹੈ ਤਸ ਲਖੇ ਨਾ ਕੋਈ ਪਤਾ ਲੱਗਿਆ ਹੁਣ ਤੇ ਜਿੱਥੇ ਉਹ ਆ ਉੱਥੇ ਕੋਈ ਵੇਖਦਾ ਹੀ ਨਹੀਂ ਉੱਥੇ ਕੋਈ ਜਾਣਦਾ ਹੀ ਨਹੀਂ ਆਖੋ ਵਾਹਿਗੁਰੂ ਸਾਰੇ ਲੋਕ
ਨਹੀਂ ਬੰਦਾ ਹੈ ਕੋਈ ਖੁੱਲ ਜਾ ਜਰਾ ਬੋਲ ਖੋਲ ਅੱਛਾ ਆਖੋ ਡੱਟ ਕੇ ਬੋਲੋ ਵਾਹਿਗੁਰੂ ਸਾਰੇ ਲੋਕ ਉਹਨੂੰ ਬਾਹਰੋਂ ਲੱਭਦੇ ਆ ਵੈਸੇ ਬਾਹਰ ਵੀ ਹੈ ਅੰਤਰ ਬਸੇ ਜਿਹਨਾਂ ਜਿਹਨਾਂ ਨੂੰ ਸੁਖਮਣੀ ਉਹਦੀ ਪੜ੍ਹੋ ਪਿਆਰ ਅੰਤਰ ਬਸੇ ਬਾਹਰ ਵੀ ਉਹੀ ਕਲਾ ਧਾਰ ਜਨ ਆਪਣੇ ਚਰਿੱਤ ਪ੍ਰਭ ਆਪਣੇ ਚਰਿੱਤਰ ਕਰ ਰਿਹਾ ਜੇ ਤੂੰ ਅੰਦਰ ਜਾ ਕੇ ਲੱਭਣ ਦੀ ਕੋਸ਼ਿਸ਼ ਕਰਦਾ ਉਹ ਬਾਹਰੋਂ ਆਵਾਜ਼ ਦਿੰਦਾ ਮੈਂ ਤੇ ਬਾਹਰ ਆਖੋ ਵਾਹਿਗੁਰੂ ਤੂੰ ਬਾਹਰੋਂ ਲੱਭਣ ਦੀ ਆਵਾਜ਼ ਕਰਦਾ ਇਹ ਚਰਿੱਤਰ ਆਪਦੇ ਆਖੋ ਵਾਹਿਗੁਰੂ ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਜ਼ਰੀ ਚਲਤ ਮਿਲੇ ਚਰਿੱਤਰ ਗੁਰੂ ਦੀ ਕਿਰਪਾ ਨਾਲ ਜਦਨ ਕੋਈ ਇਹਨਾਂ ਚਰਿੱਤਰਾਂ ਨੂੰ ਸਮਝਦਾ ਹੈ ਜੇ ਕੋਈ ਆਕਸੀਜਨ ਨੂੰ ਲੱਭਣ ਜਾਵੇ ਆਖੋ ਵਾਹਿਗੁਰੂ ਜਿਹੜੇ ਕਮਰੇ 'ਚ ਤੂੰ ਬੈਠਾ ਆਕਸੀਜਨ ਅੰਦਰ ਵੀ ਹੈਗੀ ਅਤੇ ਬਾਹਰ ਵੀ ਹੈਗੀ ਅੰਦਰੋਂ ਲੱਭੇਗਾ ਅਤੇ ਬਾਹਰ ਹਵਾ ਆਊਗੀ ਉਹ ਤਾਂ ਬਾਹਰ ਬਾਹਰ ਜਾਏਗਾ ਅਤੇ ਅੰਦਰ ਆਊਗੀ ਹੱਥ ਜੋੜ ਕੇ ਬੇਨਤੀ ਹੈ ਉਹਨੂੰ ਲੱਭਣ ਲਈ ਜਸ ਉਹ ਹੈ ਤਸ ਲਖੇ ਨਾ ਕੋਈ ਹੁਣ ਤੁਸੀਂ ਹੱਥ ਖੜਾ ਕਰਕੇ ਮੈਨੂੰ ਦੱਸੋ ਕਿ ਉਹ ਕਿੱਥੇ ਆ ਆਖੋ ਵਾਹਿਗੁਰੂ ਕੀ ਆਖਿਆ ਸੀ ਉਹਨੇ ਬੜੀ ਮਿੱਠੀ ਭਾਸ਼ਾ ਜੇ ਹੈ ਤਾਂ ਸਹੀ ਬੋਲੋ ਬੋਲਾ ਉਤਰਾ ਨਹੀਂ ਆਖਿਆ ਗਿਆ ਹੈ ਤਾਂ ਸਹੀ ਲਖੇ ਜੋ ਕੋਈ ਫਿਰ ਕਿੱਥੇ ਆ ਦੱਸੋਗੇ ਅੰਦਰੋਂ ਵੀ ਛੱਡਦੀ ਹੈ ਬਾਹਰੋਂ ਵੀ ਛੱਡਦੀ ਹੈ ਇੱਕ ਮਿੰਟ ਲਈ ਉਹ ਕਹਿੰਦਾ ਵੀ ਉਹ ਹੈ ਤਾਂ ਸਹੀ ਜੇ ਜਾਣੇ ਕੋਈ ਤੇ ਵਿੱਚ ਸੰਗਤ ਹਰ ਪ੍ਰਭ ਵਸੈ ਜੀਉ ਇੱਥੇ ਬੈਠਾ ਵਿੱਚ ਸੰਗਤ ਇਹਨੂੰ ਤੁਸੀਂ ਗੁਰੂ ਰੂਪ ਸਾਧ ਸੰਗਤ ਕਹਿੰਦੇ ਹੋ ਅਤੇ ਫਿਰ ਗੁਰੂ ਨੂੰ ਲੱਭਦੇ ਹੋ ਆਹ ਗੁਰੂ ਦਾ ਰੂਪ ਬੈਠਾ ਸਾਰੇ ਕਿਤਰਾ ਦੀ ਕਸਵੱਟੀ ਲਾ ਲਓ ਥੋੜ੍ਹਾ ਜਿਹਾ ਦੱਸੋ ਹੋਰ ਖੁੱਲ੍ਹ ਕੇ ਇਸ ਵੇਲੇ ਜਿੰਨੇ ਤੁਸੀਂ ਬੈਠੇ ਹੋ ਮੇਰੇ ਭੈਣ ਭਰਾ ਆਪੋ ਆਪਣੇ ਅੰਦਰ ਕੈਮਰਾ ਮਾਰ ਕੇ ਵੇਖੋ ਕਿਸੇ ਦੀ ਨਿੰਦਾ ਕਰ ਰਹੇ ਹੋ ਕਿਸੇ ਨਾਲ ਈਰਖਾ ਕਰ ਰਹੇ ਹੋ ਕਿਸੇ ਬਾਰੇ ਬੁਰਾ ਸੋਚ ਰਹੇ ਹੋ ਜਿਸ ਦੇ ਅੰਦਰ ਨਿੰਦਾ ਨਹੀਂ ਈਰਖਾ ਨਹੀਂ ਕਿਸੇ ਦਾ ਬੁਰਾ ਨਹੀਂ ਸੋਚਦਾ ਉਹੀ ਤਾਂ ਗੁਰੂ ਦਾ ਰੂਪ ਆ ਹੋਰ ਨਾ ਕਿਤੇ ਵੇਖੋ ਵਿੱਚ ਸੰਗਤ ਹਰ ਪ੍ਰਭ ਵਸੇ ਜੀਓ ਰੱਬ ਨੂੰ ਲੱਭਣ ਨਾ ਜਾਓ ਸੰਗਤ ਜਾਓ ਇੱਕ ਦਿਨ ਸੱਜੀ ਮੁੱਜੀ ਇੱਥੋਂ ਹੀ ਬਾਹੋਂ ਫੜ ਲੈਣੇ ਉਹਨੇ ਇੱਥੋਂ ਬਾਹੋਂ ਫੜਨਾ ਮੈਂ ਗੁਰੂ ਦੀ ਹਜ਼ੂਰੀ 'ਚ ਕਹਿ ਰਿਹਾ ਸੰਗਤ 'ਤੇ ਭਰੋਸਾ ਰੱਖਿਓ ਗੁਰੂ ਨਾਨਕ ਪਾਤਸ਼ਾਹ ਦੀ ਉਹ ਧੀਓ ਗੁਰੂ ਨਾਨਕ ਪਾਤਸ਼ਾਹ ਦੇ ਪੁੱਤਰੋ ਮੇਰੇ ਵਰਗੇ ਪਖੰਡੀ ਪਿੱਛੇ ਨਾ ਲੱਗਿਓ ਸੰਗਤ 'ਤੇ ਭਰੋਸਾ ਕਰਿਓ ਮੈਂ ਗੁਰੂ ਦੀ ਹਜ਼ੂਰੀ 'ਚ ਕਹਿੰਦਾ ਇੱਕ ਦਿਨ ਬਾਹ ਫੜ ਕੇ ਆਖੂਗਾ ਕਿਹਨੂੰ ਲੱਭਦਾ ਸੈ ਆ ਜਾਓ ਆ ਬੈਠੀਏ ਇਕੱਠੇ ਬਹਿ ਕੇ ਲੰਗਰ ਛਕੀਏ ਆਖੋ ਵਾਹਿਗੁਰੂ ਉਹ ਰਾਹ ਦੀ ਗੱਲ ਕਰਦੇ ਕਰ ਕਿਰਪਾ ਮੈਂ ਮਾਰਗ ਪਾਵੋ ਇਹ ਕਿਹਾ ਸੀ ਵੀ ਕਿਰਪਾ ਕਰਕੇ ਮੈਨੂੰ ਪਹਿਲੀ ਗੱਲ ਤਾਂ ਕੋਈ ਇੰਨਾ ਸਰੈਂਡਰ ਕਰਦਾ ਨਹੀਂ ਇਸ ਧਰਤੀ 'ਤੇ ਜਿਹਨੂੰ ਜਿਹਨੂੰ ਕਹਿ ਕੇ ਵੇਖਿਆ ਵੀਰ ਜੀ ਇੱਕ ਹਾਈਵੇ ਹੁੰਦਾ ਹੈ ਹਾਈਵੇ ਜਿਹੜਾ ਹਾਈਵੇ ਆ ਉਹਨੂੰ GT ਰੋਡ ਕਹਿੰਦੇ ਪੰਜਾਬ 'ਚ ਆਖੋ ਵਾਹਿਗੁਰੂ ਅਤੇ GT ਰੋਡ ਜਿਹੜਾ ਉਹ ਵਿਕਦਾ ਨਹੀਂ ਨਹੀਂ ਜਿੱਥੋਂ ਤੱਕ ਉਹਨੂੰ ਮਿਣਤਾ ਹੈ ਨਾ ਇਹ ਕੀ ਆ GT ਰੋਡ ਉਹਦੀ ਕੋਈ ਰਜਿਸਟਰੀ ਨਹੀਂ ਕਰ ਸਕਦਾ ਉਹ ਰਾਹ ਬਣ ਗਿਆ ਆਖੋ ਵਾਹਿਗੁਰੂ ਬਹੁਤੇ ਲੋਕਾਂ ਨੂੰ GT ਰੋਡ 'ਤੇ ਤੁਰੇ ਜਾਂਦਿਆਂ ਨੂੰ ਕਿਸੇ ਨੇ ਕਿਹਾ ਵੀ ਇਹ ਤਾਂ ਰਾਹ ਬੜਾ ਲੰਮਾ ਹੈ ਇਹ ਤਾਂ ਅਟਾਰੀ ਥਾਈਂ ਲਾਹੌਰ ਚੱਲ ਜਾਂਦਾ ਕਾਬਲ ਚੱਲ ਜਾਂਦਾ ਹੈ ਇਸ ਰਾਹ 'ਤੇ ਤਾਂ ਤੇਰਾ ਅੰਤ ਨਹੀਂ ਆਉਣਾ ਆਹ ਤੈਨੂੰ ਸ਼ੋਰਟਕੱਟ ਰਸਤੇ 'ਤੇ ਲੈ ਜਾਂਦੇ ਹਾਂ ਗੱਲ ਚੱਲਣ ਦੀ ਰਾਹ ਦੀ ਆਖੋ ਵਾਹਿਗੁਰੂ ਕਰ ਕਿਰਪਾ ਹੋਏ ਮਾਰਗ ਪਾਓ ਬੋਲਿਆ ਕਰੋ ਪੁੱਤ ਕਰ ਕਿਰਪਾ ਮੋਏ
ਭੁੱਲੀ ਹੋਈ ਜਿੰਦ ਕਹਿੰਦੀ ਸਤਿਗੁਰੂ ਮੈਂ ਤੁਰੀ ਬੜੇ ਚਿਰ ਦੀ ਹਾਂ, ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਾ ਜ਼ਮੀਨ ਕਰਾਂਗਾ, ਕਈ ਜਨਮਾਂ ਦੀ ਯਾਤਰਾ ਕਰ ਲਈ, ਮੰਜ਼ਿਲ ਆ ਹੀ ਨਹੀਂ ਰਹੀ, ਅਤੇ ਮੈਨੂੰ ਕਿਰਪਾ ਕਰਕੇ ਰਾਹ ਪਾਓ। ਹੁਣ ਹਾਈਵੇ 'ਤੇ ਤਾਂ ਤੁਰੀ ਆਉਂਦੀ ਸੀ, ਆਹ ਜਿਹੜਾ ਗੁਰੂ ਨਾਨਕ ਦਾ ਸੰਗਤ ਵਾਲਾ ਹੈ ਨਾ, ਇਹ ਹਾਈਵੇ ਆ ਜਿੱਥੇ ਮੰਜ਼ਿਲ ਮਿਲਣੀ, ਇਹ ਜੀ ਟੀ ਰੋਡ ਆ ਜਿੱਥੇ ਜਿੰਦ ਦੀ ਮੰਜ਼ਿਲ ਮਿਲਦੀ। ਆਖੋ ਵਾਹਿਗੁਰੂ। ਮੇਰਾ ਸਾਹਿਬ ਕਹਿੰਦਾ ਉੱਥੇ ਕਿਸੇ ਨੇ ਕੰਨ ਜਾਣ ਕੇ ਆਖਿਆ, ਜਿਹੜੇ ਰਾਹ 'ਤੇ ਤੂੰ ਤੁਰਿਆ ਜਾਣਾ ਇੱਥੇ ਦੇਰ ਬੜੀ ਲੱਗਦੀ, ਮੈਨੂੰ ਸ਼ੋਰਟਕੱਟ ਰਸਤੇ ਦਾ ਪਤਾ ਹੈ। ਹੁਣ ਤੁਸੀਂ ਸਮਝ ਲਿਆ ਮੇਰਾ ਸ਼ਰ ਕਾਲੀ ਪੱਗ ਨਹੀਂ, ਕੰਨਾਂ 'ਚ ਕਹਿਣ ਵਾਲਿਆਂ ਨੇ ਆਖਿਆ ਜਿਹੜਾ ਅਸੀਂ ਰਾਹ ਦੱਸਦੇ ਹਾਂ ਉਹ ਤਾਂ ਇੰਨੇ ਚਿਰ ਦਾ ਹੈ, ਅਤੇ ਤੂੰ ਕਈ ਜਨਮਾਂ ਦੀ ਤੁਰੀ ਹੈ, ਤੈਨੂੰ ਮੰਜ਼ਿਲ ਨਹੀਂ ਮਿਲ ਰਹੀ। ਉਹਨੇ ਕਿਹਾ ਕਰਨਾ ਕੀ ਪੈਣਾ ਹੈ? ਆਖੋ ਵਾਹਿਗੁਰੂ। ਉਹਨੇ ਕਿਹਾ ਹਾਈਵੇ ਤੋਂ ਜੀ ਟੀ ਰੋਡ ਤੋਂ ਉੱਤਰ ਪਓ, ਇੱਥੇ ਇੱਕ ਸ਼ੋਰਟਕੱਟ ਸਾਡਾ ਰਸਤਾ ਹੈਗਾ, ਉਹਨੂੰ ਪੈ 'ਤੇ ਲੈ ਕੇ ਤੁਰ ਪਿਆ। ਪਿਆ ਸਮਝਦੇ ਹੋ, ਕੱਚਾ ਰਾਹ, ਅਤੇ ਕੱਚਾ ਰਾਹ ਅੱਗੇ ਜਾ ਕੇ ਬੰਦ ਹੋ ਗਿਆ। ਇਤਰਾਂ ਜਿਹੜੇ ਗੁਰੂ ਨਾਨਕ ਦੀ ਸੰਗਤ ਦੇ ਰਾਹ ਤੋਂ ਜੀਵ ਭਟਕੇ ਨੇ, ਦੋ ਚਾਰ ਦਿਨ ਦਸ ਦਿਨ ਤੱਕ ਅੱਗੇ ਜਾ ਕੇ ਰਾਹ ਬੰਦ ਹੋ ਜਾਂਦੇ ਅਤੇ ਭਟਕਦੇ ਮਰ ਜਾਂਦੇ ਨੇ। ਉਹ ਸਰਸੇ ਵਾਲੇ ਦੀ ਕਹਾਣੀ ਤੁਹਾਡੇ ਸਾਹਮਣੇ ਆ, ਜਿਹੜੇ ਜੀ ਟੀ ਰੋਡ 'ਤੇ ਤੁਰੇ ਉਹਨਾਂ ਨੂੰ ਮੰਜ਼ਿਲ ਮਿਲੀ। ਤੁਸੀਂ ਵੀ ਹੱਥ ਜੋੜੋ, ਸਾਹਿਬਾ ਮੇਰੀ ਸੁਰਤ ਕਿਤੇ ਭੁੱਲੇ ਨਾ, ਮੈਨੂੰ ਸੰਗਤ ਵਿੱਚ ਰੱਖੀ, ਰੱਖ ਸੰਗਤ, ਬੋਲੋ ਭਰ ਕੇ ਭਰ ਕੇ, ਰੱਖ ਸੰਗਤ, ਰੱਖ ਸੰਗਤ, ਤੁਮ ਜੋ ਪਿਆਰੀ, ਤੁਮ ਜੋ ਪਿਆਰੀ। ਜਿਹੜੀ ਸੰਗਤ ਤੈਨੂੰ ਪਿਆਰੀ ਰੱਖ ਲੱਗਦੀ ਹੈ ਨਾ, ਮੈਨੂੰ ਆਪਣੇ ਪੁੱਤ ਨੂੰ ਵੀ ਉਸ ਸੰਗ, ਕਿਉਂਕਿ ਵਿੱਚ ਸੰਗਤ ਹਰ ਪ੍ਰਭ, ਅਤੇ ਮੈਂ ਹੋਰ ਕਿਤੇ ਜਾ ਕੇ ਕਿਉਂ ਬੈਠਾ, ਮੈਂ ਜੀ ਟੀ ਰੋਡ ਤੋਂ ਕਿਉਂ ਉਤਰਾਂ? ਜਦੋਂ ਤੋਂ ਮੈਂ ਜਨਮ ਲਿਆ ਵਾ ਮੇਰੇ ਕੰਨਾਂ 'ਚ ਕਹਿੰਦੇ ਆਏ ਮੇਰੇ ਮਾਧੋ ਜੀ ਸਤ ਸੰਗਤ ਮਿਲੇ, ਕਹਿਤ ਕਬੀਰ ਸੁਣੋ ਰੇ ਸੰਤੋ ਸਾਧ ਸੰਗਤ ਤਰ ਜਾਏਗਾ। ਬਾਰ ਬਾਰ ਗੁਰਬਾਣੀ ਨੇ ਕਿਹਾ ਸੰਗਤ ਵਿੱਚ ਜੀਵ ਤਰੂਗਾ, ਸੰਗਤ ਵਿੱਚ ਜੀਵ ਤਰੂਗਾ। ਮੇਰੀ ਹੱਥ ਜੋੜ ਕੇ ਬੇਨਤੀ ਕਿਸੇ ਕਬਰ 'ਤੇ, ਆਖੋ ਵਾਹਿਗੁਰੂ। ਇੱਥੇ ਵੀ ਪਵਾੜੇ ਜੇ ਨੋਟ ਕਰਿਓ ਗੁਰੂ ਕੇ ਸਿੱਖੋ, ਇੱਥੇ ਵੀ ਲੋਕਾਂ ਦੇ ਘਰ ਲੋਕ ਚੌਲ ਸੁੱਟਦੇ ਨੇ, ਇੱਥੇ ਵੀ ਲੋਕ ਮੇਖਾਂ ਸੁੱਟਦੇ ਨੇ, ਇੱਥੇ ਵੀ ਲੋਕ ਮਾਵਾਂ ਦੀ ਦਾਲ ਵੱਖਰੇ ਦਿਨ ਲਿਆਉਂਦੇ ਨੇ, ਮੂੰਗੀ ਦੀ ਵੱਖਰੇ ਦਿਨ ਲਿਆਉਂਦੇ ਨੇ। ਤੁਸੀਂ ਇਹ ਨਾ ਕਹੋ ਵੀ ਤੁਸੀਂ ਨਹੀਂ ਭੁੱਲੇ, ਤਿਸ ਕੇ ਭਾਣੇ ਕੋਈ ਨਾ ਭੁੱਲਾ, ਜਿਨ ਸਗਲੋ ਬ੍ਰਹਮ ਪਛਾਤਾ, ਸੁਖੀਏ ਕੋ ਪੇਖੇ ਸਭ ਸੁਖੀਆ, ਰੋਗੀ ਕੇ ਭਾਣੇ ਸਭ ਰੋਗੀ, ਕਰਨ ਕਰਾਵਣ ਹਾਰ ਸਵਾਮੀ, ਆਪਣੇ ਹੱਥ ਸੰਜੋਗੀ ਮਨ ਮੇਰੇ, ਜਿਨ ਆਪਣਾ ਭਰਮ ਗਵਾਤਾ, ਤਿਸ ਕੇ ਭਾਣੇ ਕੋਈ ਨਾ ਭੁੱਲਾ, ਜਿਨ ਸਗਲੋ ਬ੍ਰਹਮ ਪਛਾਤਾ, ਸਾਧ ਸੰਗ ਜਾ ਕਾ ਮਨ ਸ਼ੀਤਲ, ਉਹ ਜਾਣੇ ਸਗਲੀ ਠਾਡੀ। ਨਹੀਂ ਪਤਾ ਲੱਗਾ ਜਿਹੜਾ ਸੰਗਤ ਵਿੱਚ ਮਨ ਸ਼ੀਤਲ ਹੋ ਗਿਆ, ਉਹ ਕਹਿੰਦਾ ਸਾਰੇ ਹੀ ਸ਼ੀਤਲ ਨੇ, ਤੁਸੀਂ ਭੁੱਲੇ ਨਹੀਂ, ਆਖੋ ਵਾਹਿਗੁਰੂ। ਅਤੇ ਤੁਹਾਨੂੰ ਨਹੀਂ ਪਤਾ ਇਸ ਸਮਾਜ ਵਿੱਚ ਕਿੰਨੀਆਂ ਨੇ ਜਿਹੜੀਆਂ ਅਜੇ ਵੀ ਲੋਕਾਂ ਘਰ ਚੌਲ ਸੁੱਟਦੀਆਂ, ਅਤੇ ਉਹ ਵੀ ਪੰਜਾਬੀ, ਉਹ ਵੀ ਗੁਰਦੁਆਰੇ ਮੱਥਾ ਟੇਕਣ ਵਾਲੇ, ਆਖੋ ਵਾਹਿਗੁਰੂ, ਉਹ ਵੀ ਗੁਰਦੁਆਰੇ,
ਆ ਤੁਹਾਡੇ ਸਕਰੋਮੈਂਟਿਕ ਗੁਰਦੁਆਰੇ ਕਾਲੇ ਕੱਪੜੇ ਦੇ ਵਿੱਚ ਕੁੱਤੇ ਦਾ ਮਾਸ ਰੱਖ ਗਿਆ ਕੋਈ, ਇਹ ਹੁਣ ਅਸਮਾਨ ਤੋਂ ਆਣ ਕੇ ਮੁਸਲਮਾਨ ਨੇ ਤਾਂ ਰੱਖਿਆ ਨਹੀਂ, ਗੋਰੇ ਨੇ ਤਾਂ ਰੱਖਿਆ ਨਹੀਂ, ਚੀਨੇ ਨੇ ਤਾਂ ਰੱਖਿਆ ਨਹੀਂ, ਇੱਧਰ ਵੇਖੋ ਇਸ ਸਰੂਪ 'ਚ ਕਿਸੇ ਨੇ ਰੱਖਿਆ। ਇੰਨੀਆਂ ਭੁੱਲੀਆਂ ਰੂਹਾਂ ਨੂੰ ਮੇਰਾ ਗੁਰੂ ਨਾਨਕ ਕਹਿੰਦਾ ਭੁੱਲਣ ਦੀ ਜ਼ਰੂਰਤ ਨਹੀਂ ਭਾਈ, ਸੰਗਤ 'ਚ ਆ ਜਾ, ਤੇਰੇ ਸਾਰੇ ਕਾਰਜ ਗੁਰੂ ਪੂਰੇ ਕਰਨ, ਸੰਗਤ ਤੋਂ ਇਲਾਵਾ ਨਾ ਭਟਕੇ, ਆਖੋ ਹੈ ਗੁਰੂ ਸੰਗਤ ਵਿੱਚ, ਇਹ ਇਹ ਹੀ ਉਹਦਾ ਡੈਸਟੀਨੇਸ਼ਨ ਹੈ। ਇੱਥੇ ਹੀ ਰੱਬ, ਜਦੋਂ ਜਦੋਂ ਰੱਬ ਇੱਥੇ ਰਹਿੰਦਾ ਡੈਸਟੀਨੇਸ਼ਨ ਮਿਲ ਗਿਆ, ਆਖੋ ਹੈ ਗੁਰੂ। ਹਰਿਮੰਦਰ ਇਹ ਹੈ, ਇਹ ਜਿਹੜਾ ਸਤਸੰਗਤ ਆ ਇਹਨੂੰ ਹਰਿਮੰਦਰ ਆਖਿਆ, ਸਰੀਰ ਨੂੰ ਹਰਿਮੰਦਰ ਆਖਿਆ, ਆਖੋ ਵਾਹਿਗੁਰੂ। ਬਾਬੇ ਕਬੀਰ ਨੂੰ ਕੋਈ ਕਹਿੰਦਾ ਸਾਡੇ ਨਾਲ ਨਮਾਜ਼ ਨਹੀਂ ਤੂੰ ਪੜ੍ਹਦਾ, ਕਹਿੰਦਾ ਕਿੱਥੇ ਚਲੀਏ, ਕਹਿੰਦਾ ਮਸਜਿਦ ਵਿੱਚ ਸੁਣੋ ਧਿਆਨ, ਮਸਜਿਦ ਵਿੱਚ ਚਲੀਏ। ਅਤੇ ਬਾਬਾ ਕਬੀਰ ਮਰਦ ਸੀ, ਕਹਿੰਦਾ ਕਿੰਨੇ ਦਰਵਾਜ਼ੇ ਨੇ ਮਸਜਿਦ ਦੇ, ਆਖੋ ਵਾਹਿਗੁਰੂ। ਅਕਸਰ ਦਰਵਾਜ਼ੇ ਤਿੰਨ ਹੁੰਦੇ ਮਸਜਿਦ ਦੇ, ਇੱਕ ਐ ਨੂੰ, ਇੱਕ ਐ ਨੂੰ, ਇੱਕ ਸਾਹਮਣੇ ਮਸਜਿਦ ਦੇ ਬਹੁਤੀ ਵਾਰ ਦਰਵਾਜ਼ੇ ਕਿਸੇ ਦੇ ਘੱਟ ਵੱਧ ਹੋ ਸਕਦੇ, ਮਗਰ ਬਾਬੇ ਕਬੀਰ ਨੇ ਆਖਿਆ ਤੂੰ ਮੇਰੇ ਨਾਲ ਚੱਲ ਨਾ, ਆਖੋ ਵਾਹਿਗੁਰੂ ਤੂੰ, ਤੇਰੇ 'ਤੇ ਤਿੰਨ ਦਰਵਾਜ਼ਿਆਂ ਵਾਲੀ ਹੈ, ਆਹ ਮੈਂ ਤੈਨੂੰ ਇੱਕ ਐਸੀ ਮਸਜਿਦ ਵਿੱਚ ਲੈ ਕੇ ਜਾਵਾਂ ਜਿਹਦੇ 10 ਦਰਵਾਜ਼ੇ ਨੇ, ਉਹ ਤੇਰੇ ਵਾਲਾ ਹੋ ਜਾ। ਕਹੋ ਰੇ ਮੁੱਲਾਂ, ਬੋਲੋ ਨਹੀਂ ਇਤਨਾ ਭਰ ਕੇ ਬੋਲੋ ਹੋਰ ਆਨੰਦ ਆਓ, ਕਹੋ ਰੇ ਮੁੱਲਾਂ ਬਾਂਗਨ ਵਾਜ, ਆਹ ਨਮਾਜ਼ ਦੀ ਬਾਂਗ ਦੀਏ, ਕਿੱਥੇ ਦੀਏ, ਇੱਕ ਮਸੀਤ ਦਸੇ ਦਰਵਾਜ, ਬੋਲੋ ਇੱਕ ਮਸੀਤ, ਆ ਉਸ ਮਸਜਿਦ ਵਿੱਚ ਵਾਹਿਗੁਰੂ 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 ਵਾਹਿਗੁਰੂ, ਇਹ ਮਸਜਿਦ ਦੇ ਸੁਣੇ ਰਹਿ ਪੁੱਤ ਪੱਲੇ ਬੰਨ ਲਿਓ, ਦੇਹ ਵੀ ਇੱਕ ਕੀ ਆ, ਇਹਨੂੰ ਹਰਿਮੰਦਰ ਵੀ ਕਿਹਾ,
ਇਹਨੂੰ ਮੰਦਰ ਵੀ ਕਿਹਾ, ਹਰ ਗਾਓ ਮੰਗਲ ਨਿੱਤ ਸਖੀਏ ਸੋਗ ਦੁੱਖ ਨਾ ਵਿਆਪੇ, ਮਨ ਚਾਓ ਪਿਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ। ਗ੍ਰਹਿ ਨਹੀਂ ਗ੍ਰਹਿ, ਗ੍ਰਹਿ ਤਾਂ ਬਣਨਾ ਗੱਗਾ ਅਤੇ ਪੈਰੀ ਰਾਰਾ ਅਤੇ ਹਾਹੇ ਨੂੰ ਸਿਹਾਰੀ ਹੋਈ ਤੇ ਪਾਠ ਜਾ ਕੇ ਵੇਖਿਓ ਪੋਥੀ ਸਾਹਿਬ ਤੋਂ, ਗੱਗੇ ਨੂੰ ਸਿਹਾਰੀ ਹੈ ਪੈਰਾਂ 'ਚ ਰਾਰਾ ਅਤੇ ਹਾਹਾ ਗ੍ਰਹਿ। ਹਾਂ ਥੋੜ੍ਹਾ ਨਾਲੋ ਨਾਲ ਹੀ ਮਸਲਾ ਹੱਲ ਕਰੀ ਚੱਲੀਏ। ਆਖੋ ਵਾਹਿਗੁਰੂ। ਇਹ ਜਿਹੜੀ ਦੇਹ ਹੈ ਇਹਦੇ ਵਿੱਚ ਜਿੰਨੇ ਤੁਸੀਂ ਜਪਦੇ ਹੋ, ਜਦੋਂ ਨਾਮ ਜਪਦੇ ਹੋ ਨਾ, ਅਤੇ ਇਹ ਨਾ ਕਹੋ ਅੱਲਾ ਵੱਖਰਾ ਹੈ, ਰਾਮ ਵੱਖਰਾ ਹੈ, ਦੂਸਰਾ ਵੱਖਰਾ ਹੈ, ਖੁਦਾ ਇੱਕ। ਬੋਲੋ ਬੁੱਝ ਦਿਓ ਬਾਂਗਾਂ, ਉਹ ਬਾਂਗ ਦਿੰਦੇ ਨਾ ਅਤੇ ਤੁਸੀਂ ਜਦੋਂ ਵਾਹਿਗੁਰੂ ਕਹਿੰਦੇ ਹੋ ਨਾ, ਭੇਦ ਰੱਖ ਕੇ ਕਹੋਗੇ ਅਤੇ ਮਾ ਜਿਹੜੀ ਬਾਂਗ ਆ ਉਹ ਉਹਦੇ ਦਰ 'ਤੇ ਪ੍ਰਵਾਨ ਨਹੀਂ ਹੋਣੀ। ਖੁਦਾ ਖੁਦਾ ਇੱਕ ਬੁੱਝ, ਬੋਲੋ ਮਤਲਬ ਇੱਕ ਜਾਣੋ। ਖੁਦਾ ਇੱਕ ਬੁੱਝ ਦੇਵੋ ਬਾਂਗਾਂ, ਜਿਹਨੇ ਜਿਹਨੇ ਬਾਂਗ ਦਿੱਤੀ ਇੱਕ ਜਾਣ ਕੇ, ਸਭਨਾ ਜੀਆਂ ਕਾ ਇਹ ਵੀ ਬਾਂਗ ਹੀ ਆ। ਇਹ ਗਾਉਣਾ ਇਸ ਗੱਲ ਨੂੰ ਪਕੜ ਲੈਣਾ ਵੀ ਸਭਨਾ ਜੀਆਂ ਕਾ ਇੱਕੋ ਹੈ ਭਾਈ, ਇਹ ਗੱਲ ਕਰਨੀ ਵੀ ਖੁਦਾ ਦੀ ਬਾਂਗ ਆ, ਨਮਾਜ਼ ਆ। ਉੱਥੇ ਵੀ ਸਿਫਤ ਆ, ਇੱਥੇ ਵੀ ਸਿਫਤ ਆ। ਆਖੋ ਵਾਹਿਗੁਰੂ। ਜਿਹਨੇ ਜਿਹਨੇ ਇੱਕ ਖੁਦਾ ਜਾਣ ਕੇ ਬਾਂਗ ਦਿੱਤੀ, ਬੁਰਗੂ ਬਰਖੁਰਦਾਰ ਖਰਾ, ਇੱਕ ਸ਼ਬਦ ਆ ਬਰਖੁਰਦਾਰ, ਕਹਿੰਦੇ ਵਿਚਾਰ ਪੁਰਾਣੇ ਬਜ਼ੁਰਗਾਂ ਨੂੰ ਪਤਾ ਬਰਖੁਰਦਾਰ ਪਿਆਰਾ, ਕਹਿੰਦੇ ਖੁਦਾ ਦਾ ਉਹ ਬੰਦਾ ਬਰਖੁਰਦਾਰ ਆ ਜਿਹੜਾ ਨਾਮ ਜਪਦਾ, ਸਿਮਰਨ ਕਰਦਾ, ਬੰਦਗੀ ਕਰਦਾ, ਮਗਰ ਇਹ ਬੁੱਝ ਕੇ ਵੀ ਸਭਨਾ ਜੀਆਂ ਕਾ। ਜੇ ਤੁਸੀਂ ਕੀੜੇ ਪਾ ਕੇ ਸੁਰਤ ਵਿੱਚ ਕਹਿੰਦੇ ਹੋ ਵੀ ਆਹ ਤੇ ਹੋ ਰਿਹਾ ਤੇ ਮੈਂ ਹੋ ਰਿਹਾ, ਆਖ ਵਾਹਿਗੁਰੂ। ਇਹ ਸੰਗਤ ਸਾਡੇ ਗੁਰਦੁਆਰੇ ਦੀ ਸੰਗਤ ਨਹੀਂ ਗੀ, ਸਾਡੀ ਸੰਗਤ ਅੱਜ ਸਾਡੇ ਵਿੱਚ ਇਹ ਵੀ ਗੱਲ ਚੱਲਦੀ ਹੈ, ਸਾਡੀ ਸੰਗਤ ਆ। ਦੋਦੜੇ ਵਾਲੇ ਕਹਿੰਦੇ ਇਹ ਸਾਡੀ ਸੰਗਤ ਆ, ਦੂਸਰੇ ਕਹਿੰਦੇ, ਤੀਸਰੇ, ਚੌਥੇ, ਪੰਜਵੇਂ ਜਿੰਨੇ ਨੇ ਉਹ ਕੀ ਕਹਿੰਦੇ? ਨਹੀਂ, ਸੰਗਤ ਤਾਂ ਗੁਰੂ ਦੀ ਆ। ਆਖੋ ਵਾਹਿਗੁਰੂ। ਜਿਹੜਾ ਕਹਿੰਦਾ ਸਾਡੀ ਆ, ਸਮਝ ਲਓ ਹਾਈਵੇ ਤੋਂ ਉੱਤਰ ਗਿਆ ਹੈ, ਹਾਈਵੇ ਤੋਂ ਉੱਤਰ ਗਿਆ। ਅੱਜ ਨਹੀਂ ਤੇ ਕੱਲ ਕੋਈ ਮੰਜ਼ਿਲ ਨਹੀਂ ਮਿਲਣੀ, ਅੱਗੋਂ ਰਾਹ ਬੰਦ ਹੋ ਜਾਣਾ ਹੈ। ਇੱਥੇ ਆਉਣ ਵਾਲੇ ਦਾ ਰਾਹ ਕਦੀ ਨਹੀਂ ਬੰਦ ਹੋਣਾ, ਨਾ ਇਹ ਕਦੀ ਸੰਗਤ ਮੁੱਕਣੀ ਆ ਗੁਰੂ ਨਾਨਕ ਦੀ, ਅਤੇ ਨਾ ਤੁਰਨ ਵਾਲੇ ਮੰਜ਼ਿਲ ਲੈ ਕੇ ਗਾਂਹ ਜਾਣਗੇ। ਤੁਰਨ ਵਾਲੇ ਜਿਹੜੇ ਇਸ ਰਾਹ 'ਤੇ ਤੁਰਨਗੇ ਉਹ ਗੋਬਿੰਦ ਦੀ ਪ੍ਰਾਪਤੀ ਕਰਕੇ ਆਪਣਾ ਜਨਮ ਸਫਲ 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 ਭਈ ਯਾਤਰਾ, ਆਉਣ ਜਾਣ ਰਹੇ ਮਿਲੇ ਸਾਧਾ, ਆਉਣ ਜਾਣ ਮੁੱਕ ਜੂਗਾ ਜਦੋਂ ਆਹ ਸਾਧੂ ਜਿੱਤੇ ਚੋਰ ਹੋ ਰਿਹਾ, ਇਹਦੇ ਨਾਲ ਸੁਰਤ ਅਤੇ ਸ਼ਬਦ ਦਾ ਮਿਲਾਪ ਹੋ ਗਿਆ, ਆਉਣ ਜਾਣ ਖਤਮ ਹੋ ਜੂਗਾ। ਹੱਥ ਜੋੜ ਕੇ ਬੇਨਤੀ ਆ, ਇਹ ਗੱਲਾਂ ਤਾਂ ਕਹੀਆਂ ਨੇ, ਕਰ ਕਿਰਪਾ ਮੋਏ ਮਾਰਗ ਪਾਓ। ਬੋਲੋ ਦਾਸ ਆਪਣੇ ਕੋ ਭਗਤੀ ਲਾਓ, ਇਹ ਰਾਹ ਹੈ। ਇੱਥੋਂ ਮੈਨੂੰ ਪਤਾ ਲੱਗਾ ਵੀ ਭਗਤੀ ਕਰਨਾ ਰਾਹ ਹੈ, ਵੇ ਆ। ਇੱਕ ਬਚਨ ਗੁਰਬਾਣੀ 'ਚ ਲਿਖਿਆ, ਆਖੋ ਵਾਹਿਗੁਰੂ। ਸੋਹਣੀ ਤਰ੍ਹਾਂ ਫਿਰ ਆਨੰਦ ਨਾ, ਇਤਰਾਂ ਚੌਂਕੜਾ ਮਾਰ ਕੇ ਥੱਕੋ ਨਾ, ਗੁਰੂ ਕੋਲੋਂ ਇਹ ਮੰਗਿਆ ਕਰੋ, ਸਤਿਗੁਰੂ ਮੈਨੂੰ ਘੰਟਿਆਂ ਵੱਧੀ ਚੌਂਕੜਾ ਮਾਰਨ ਦੀ ਤਫੀਕ ਬਖਸ਼। ਅਤੇ ਚੌਂਕੜਾ ਵੀ ਇਤਰਾਂ ਮਾਰਿਆ ਹੋਇਆ ਗੁਰੂ ਕੇ ਸਿੱਖ ਨੇ, ਤਿਆਰ ਵਰਤਿਆ, ਇਤਰਾਂ ਮੰਗਿਆ ਕਰੋ। ਆਖੋ ਵਾਹਿਗੁਰੂ।
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਵੀ ਇੱਕ ਜਿਹੜੇ ਅੱਗੇ ਰਸਤਾ ਵਿਖਾਉਣ ਵਾਲੇ ਨੇ, ਕਈ ਡਾਇਰੈਕਸ਼ਨ ਦੇਣ ਵਾਲੇ ਅੰਨੇ ਵੀ ਹੁੰਦੇ, ਨਹੀਂ ਪਤਾ ਲੱਗਦਾ, ਅੰਨੇ ਵੀ। ਅਤੇ ਇਸ ਧਰਤੀ 'ਤੇ ਬਹੁਤ ਸਾਰੇ ਲੋਕ, ਭੈਣੋ ਤੁਸੀਂ ਨਾਲੋ ਨਾਲ ਅੰਦਰ ਵਰਕ ਕਰਦਾ ਦਿਮਾਗ ਵੀ ਭਾਈ ਸਾਹਿਬ ਕਿਹਨਾਂ ਵੱਲ ਇਸ਼ਾਰਾ ਕਰਦੇ, ਆਖੋ ਵਾਹਿਗੁਰੂ। ਇੱਕ ਇਸ ਗੁਰੂ ਸਾਹਿਬ ਨੂੰ ਛੱਡ ਕੇ ਜਿੰਨੇ ਇਸ ਧਰਤੀ 'ਤੇ ਰਾਹ ਵਿਖਾਉਣ ਵਾਲੇ ਨੇ ਸਭ ਬਲਾਇੰਡ ਨੇ। ਅਤੇ ਹੁਣ ਜਿਹੜਾ ਆਇਆ ਉਹ ਵੀ ਬਲਾਇੰਡ ਹੈ, ਜਿਹੜਾ ਰਾਹ ਪੁੱਛਣ ਆਇਆ ਬੋਲੋ ਉਹ ਵੀ ਬਲਾਇੰਡ, ਅੱਗੇ ਜਿਹੜਾ ਡਾਇਰੈਕਸ਼ਨ ਦੇਣ ਵਾਲਾ ਉਹ ਵੀ। ਅਤੇ ਉਹਨੇ ਡਾਇਰੈਕਸ਼ਨ ਦੇਣ ਵਾਲੇ ਨੇ ਕਿਹਾ ਖੱਬੇ ਹੱਥ ਹੋ ਜਾ। ਹੁਣ ਜਿਹੜਾ ਹੋਇਆ ਹੈ ਉਹ ਤਾਂ ਅੰਨਾ ਹੈ, ਦੇਣ ਵਾਲੇ ਨੇ ਤਾਂ ਕਹਿਤਾ ਵੀ ਖੱਬੇ ਹੱਥ ਹੋ ਜਾ, ਮਗਰ ਜਿਹੜਾ ਉੱਧਰ ਨੂੰ ਗਿਆ ਉਹ ਬਲਾਇੰਡ ਆ, ਉੱਧਰ ਖੂਹ ਸੀ ਉਹ ਡਿੱਗ ਪਿਆ। ਦੂਸਰਾ ਆਇਆ ਫਿਰ ਪਹਿਲੇ ਦੀ ਤਾਂ ਆਵਾਜ਼ ਨਾ, ਅਗਲੇ ਮੂਹੇ ਸੇ ਪਾਛੇ ਪਰੇ, ਅਗਲੇ ਮੂਹੇ, ਅਗਲੇ ਮੂਹੇ ਕੁਛ ਖਬਰ ਨਾ ਪਾਈ। ਜਿਹੜੇ ਪਹਿਲੇ ਮਰੇ ਸੀ ਉਹਨਾਂ ਦੀ ਕੋਈ ਖਬਰ ਨਹੀਂ, ਉਹ ਕਿਹੜੇ ਖੂਹ 'ਚ ਡਿੱਗੇ ਨੇ। ਇੱਕ ਟੋਲਾ ਹੋਰ ਆ ਗਿਆ, ਇੱਕ ਟਰੱਕ ਹੋਰ ਆ ਗਿਆ, ਇੱਕ ਗੱਡੀ ਹੋਰ ਹੋ ਗਈ, ਮਹਾਰਾਜ ਸਾਨੂੰ ਵੀ ਰਾਹ ਦੱਸੋ। ਉਹ ਕਿਉਂਕਿ ਆਪ ਬਲਾਇੰਡ ਆ, ਉਹਨੂੰ ਇਹ ਨਹੀਂ ਪਤਾ ਜਿਹੜਾ ਅੱਗੇ ਡਾਇਰੈਕਸ਼ਨ ਦੇ ਰਿਹਾ ਉਹ ਵੀ ਬਲਾਇੰਡ ਆ। ਪਤਾ ਲੱਗ ਰਿਹਾ ਜੀ, ਥੋੜ੍ਹਾ ਜਿੱਥੋਂ ਨਾ ਜਿਹੜਾ ਅੱਗੇ ਲੋਕੇਸ਼ਨ ਦੱਸ ਰਿਹਾ, ਡਾਇਰੈਕਸ਼ਨ ਦੇ ਰਿਹਾ, ਖੱਬੇ ਚਲ ਜਾਓ, ਉਹ ਹੀ ਬੰਦਾ ਉਹਦੇ ਰਾਹ 'ਤੇ ਤੁਰੂਗਾ। ਗੁਰਬਾਣੀ ਵਿੱਚੋਂ ਕਹਿਣ ਲੱਗਾ ਦੂਸਰੇ ਪਾਤਸ਼ਾਹ ਦੇ ਅੰਮ੍ਰਿਤ ਵਜਨੇ ਆ, ਅੰਧੇ ਕੇ ਰਾਹ ਦੱਸਿਆ, ਅੰਧਾ ਹੋਏ ਸਜਾਏ ਛਾਵਾ। ਹੁਣ ਅੰਨਾ ਡਾਇਰੈਕਸ਼ਨ ਦੇਵੇ ਅਤੇ ਅੰਨਾ ਹੀ ਜਾਊਗਾ ਉਸ ਰਾਹ 'ਤੇ, ਆਖੋ ਵਾਹਿਗੁਰੂ। ਜੇ ਸੁਜਾਖਾ ਹੋਊਗਾ ਅਤੇ ਉਹ ਆਖੂਗਾ ਭਾਅ ਜੀ ਜਿਹਦੇ ਨੂੰ ਤੁਸੀਂ ਮੂੰਹ ਕਰੀ ਜਾਂਦੇ ਮੇਰਾ ਉੱਧਰ 'ਤੇ ਖੂਹ ਆ। ਮਗਰ ਬਲਾਇੰਡ ਸੀ, ਬਲਾਇੰਡ ਨੇ ਡਾਇਰੈਕਸ਼ਨ ਦਿੱਤੀ, ਬਲਾਇੰਡ ਹੀ ਖੂਹ 'ਚ ਡਿੱਗ ਪਿਆ। ਅੰਧੇ ਕੇ ਅੱਜ ਤਰ੍ਹਾਂ ਪੜੋ, ਅੰਧੇ ਕੇ ਰਾਏ ਦੱਸਿਆ, ਅੰਧਾ ਹੋਏ ਸੁਜਾਏ, ਹੋਏ ਸੁਜਾਖਾ ਨਾਨਕਾ ਸੋ ਕਿਉਂ ਉੱਜੜ ਪਾਏ। ਹੋਵੇ ਸੁਜਾਖਾ ਉਹ ਜਾਣ ਨੂੰ ਕਦੋਂ ਤੁਰੂਗਾ, ਅੰਨਾ ਬੰਦਾ ਤੇ ਉਜਾੜ ਵੱਲ ਨੂੰ ਵੀ ਤੁਰਜੂ। ਅੱਗੇ ਸ਼ੇਰ ਵੀ ਨੇ, ਅੱਗੇ ਸੱਪ ਵੀ ਨੇ, ਕਈ ਮਰੇ ਇਸ ਰਾਹ 'ਤੇ। ਮੇਰੀ ਉਹ ਧੀ ਉਹ ਨੋਟ ਕਰ ਲਓ, ਐਸ ਰਾਹ ਨੂੰ ਚਰਨ ਚੱਲੋ ਮਾਰਗ ਗੋਬਿੰਦ, ਆਹ ਰਾਹ ਛੱਡ ਕੇ ਮੇਰੀਆਂ ਧੀਆਂ ਆਪਣੀ ਜ਼ਿੰਦਗੀ 'ਚ ਤੁਸੀਂ ਮਾਸੂਮ ਬੱਚੀਆਂ ਜੇ ਜੇ ਆਹ ਜਿਹੜੀਆਂ ਬੱਚੀਆਂ ਬੈਠੀਆਂ, ਸਤਸੰਗਤ ਤੋਂ ਬਿਨਾਂ ਕਦੀ ਕਿਸੇ ਦੇ ਪਿੱਛੇ ਨਾ ਤੁਰਨਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜਿੱਥੇ ਪ੍ਰਕਾਸ਼ਮਾਨ ਉੱਥੇ ਜਾਓ, ਜਿੱਥੇ ਇਹ ਨਾ ਹੋਵੇ ਸਾਡੀ ਸੰਗਤ, ਸਾਡਾ ਜਥਾ, ਸਾਡਾ ਪਾਵਟ, ਸਾਡੀ ਸੰਪਰਦਾ, ਉੱਥੇ ਜਾਇਓ ਨਾ, ਬਾਉਣੇ ਰਹਿ ਜਾਓਗੇ। ਆਖੋ ਵਾਹਿਗੁਰੂ। ਕੀ ਕਿਹਾ, ਬਾਉਣੇ ਸਮਝਦੇ ਹੋ ਨਾ ਤੁਸੀਂ, ਦੱਸੋ ਇੱਕ ਵਾਰ ਮੈਨੂੰ ਦੱਸ ਦਿਓ, ਹੋਰ ਸ਼ਬਦੀ ਵਿਚਾਰ ਕਰਦਾ ਲਿਓ ਜੀ, ਸ਼ਬਦੀ ਵਿਚਾਰ ਕਰਦਾ ਥੋੜ੍ਹਾ ਟਿਕਿਓ। ਬੋੜ ਦਾ ਦਰਖਤ ਤੋਂ ਸਾਂ ਬੀਜਣਾ ਹੋਵੇ ਗਮਲੇ 'ਚ ਲਾ ਦੋਗੇ, ਬੋਲੋ ਨਾ ਹੋ ਜੂ ਜੀ, ਕਿਉਂ ਮੈਂ ਵੀ ਦੱਸੋ ਨਾ, ਉਹਨੂੰ ਜਗ੍ਹਾ ਚਾਹੀਦੀ। ਸਿੱਖੀ ਦਾ ਦਰਖਤ ਕਿਤੇ ਛੋਟਾ ਹੈ, ਇਹ ਸੰਪਰਦਾਵਾਂ ਕੀ ਨੇ, ਗਮਲੇ ਗਮਲੇ ਨੇ, ਇਹਨਾਂ 'ਚ ਬਾਬਾ ਦੀਪ ਸਿੰਘ ਨਹੀਂ ਪੈਦਾ ਹੋ ਸਕਦਾ, ਆਖੋ ਵਾਹਿਗੁਰੂ, ਇਹਨਾਂ 'ਚ ਭਾਈ ਤਾਰੂ ਸਿੰਘ ਨਹੀਂ ਪੈਦਾ ਹੋ ਸਕਦਾ। ਫਿਰ ਗਮਲੇ ਦੀ ਇੱਕ ਹੋਰ ਕਮਜ਼ੋਰੀ, ਜਿੱਥੋਂ ਮਰਜ਼ੀ ਚੁੱਕ ਕੇ ਜਿੱਥੇ ਮਰਜ਼ੀ ਰੱਖ ਦਿਓ, ਇਹਨਾਂ ਦੀਆਂ ਕਾਰਾਂ ਵੀ ਕਦੀ ਕਿਸੇ ਬੂਹੇ ਅੱਗੇ ਖਲੋਤੀਆਂ ਹੁੰਦੀਆਂ, ਕਦੀ ਕਿਸੇ ਬੂਹੇ ਅੱਗੇ ਖਲੋਤੀਆਂ ਹੁੰਦੀਆਂ,
ਜਿਹਦਾ ਬੂਟਾ ਗੁਰੂ ਗ੍ਰੰਥ ਸਾਹਿਬ ਦੀ ਸੰਗਤ ਵਿੱਚ ਲੱਗਾ ਹੈ ਉਹ ਪੁਰਜਾ ਪੁਰਜਾ ਤਾਂ ਉੱਡ ਸਕਦਾ ਹੈ ਮਗਰ ਕਿਸੇ ਦੇ ਬੂਹੇ ਅੱਗੇ ਨਹੀਂ ਜਾ ਸਕਦਾ। ਪਕੜਦੇ ਹੋ, ਪੁਰਜਾ ਪੁਰਜਾ ਤੇ ਮਗਰ ਉਹ ਕਿਸੇ ਦੇ ਬੂਹੇ ਅੱਗੇ ਨਹੀਂ ਜਾ ਸਕਦਾ। ਗੁਰੂ ਕਿਉਂ ਸਿੱਖੋ, ਆਪਣੀ ਸੁਰਤ ਦੇ ਪੇਡ ਨੂੰ ਕਿੱਥੇ ਲਾਓ? ਗੁਰੂ ਦੇ ਮੈਦਾਨ ਵਿੱਚ। ਤੁਸੀਂ ਕਦੇ ਵੇਖਿਆ ਕੇਸਗੜ੍ਹ ਸਾਹਿਬ ਆਏ ਹੋਗੇ ਗੁਰੂ ਕੇ ਸਿੱਖ? ਜਿਹੜਾ ਜਿਹੜਾ ਆਇਆ ਗੁਰੂ ਕਾ ਸਿੱਖ ਵੇਖੋ, ਉਹਦੇ ਵਿਹੜੇ ਦੇ ਵਿੱਚ ਕਲਗੀਆਂ ਵਾਲੇ ਪਾਤਸ਼ਾਹ ਨੇ ਇੱਕ ਬੋਰਡ ਲਾਇਆ ਅਤੇ ਬੋਰਡ ਇੱਕ ਸਭ ਤੋਂ ਵੱਡਾ ਦਰਖਤ ਆ ਸਾਰਿਆਂ ਪੇੜਾਂ ਦੇ ਵਿੱਚੋਂ, ਸਭ ਤੋਂ ਵੱਡਾ ਪੇੜ ਆ ਬੋਰਡ। ਅਤੇ ਉਹਨੇ ਆਪਣੇ ਵਿਹੜੇ ਵਿੱਚ ਲਾ ਕੇ ਆਖਿਆ, ਆਓ ਗੁਰੂ ਕੇ ਸਿੱਖੋ, ਜਿਹਨੇ ਬੋਰਡ ਵਰਗਾ ਵੱਡਾ ਹੋਣਾ ਹੈ ਮੇਰੇ ਵਿਹੜੇ 'ਚ ਆਓ। ਗੁਰੂ ਗੋਬਿੰਦ ਸਿੰਘ ਦਾ ਵਿਹੜਾ, ਤੁਸੀਂ ਨਿੱਕੀਆਂ ਨਿੱਕੀਆਂ ਸੰਪਰਦਾ 'ਚ ਨਾ ਮੰਨਣਾ, ਨਿੱਕੇ ਨਿੱਕੇ ਗਮਲੇ ਰਹਿ ਜਾਓਗੇ ਅਤੇ ਗਮਲਾ ਜਿਹਦੇ ਹੱਥ ਵਿੱਚ ਆ ਗਿਆ ਉਹਨੇ ਜਿੱਥੇ ਮਰਜ਼ੀ ਤੁਹਾਨੂੰ ਚੁੱਕ ਕੇ ਲੈ ਜਾਣਾ ਹੈ। ਹੱਥ ਜੋੜ ਕੇ ਬੇਨਤੀ ਜਪੋ, ਫਿਰ ਅੱਜ ਦੀ ਵਿਚਾਰ ਕਰੀਏ। ਵਾਹਿਗੁਰੂ 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 ਸਤਨਾਮ ਸ੍ਰੀ ਵਾਹਿਗੁਰੂ। ਆਓ ਹੁਣ ਗੋਡਿਆਂ 'ਤੇ ਹੱਥ ਰੱਖੋ, ਸੁਣੋ ਆ ਮਾਲਕ ਦੀ ਬਾਣੀ। ਝੂਠੀ ਦੇਖੀ ਪ੍ਰੀਤ ਜਗਤ ਮੈਂ, ਝੂਠੀ ਦੇਖੀ ਪ੍ਰੀਤ ਝੂਠੀ, ਨਾਲੇ ਪੜ੍ਹੋ ਅਤੇ ਨਾਲੇ ਵੇਖੋ। ਝੂਠੀ ਦੇਖੀ ਪ੍ਰੀਤ ਜਗਤ ਮੈਂ, ਝੂਠੀ ਦੇਖੀ ਪ੍ਰੀਤ ਝੂਠੀ, ਮਹਿਸੂਸ ਕਰੋਗੇ ਸੱਚਮੁੱਚੇ ਇੱਕ ਤੋਂ ਬਿਨਾਂ ਤੁਹਾਨੂੰ ਸਭ ਝੂਠੇ ਦਿਸਣਗੇ। ਨਾਨਕ ਸੱਚਾ ਏਕ ਹੈ, ਬੋਲੋ ਪਲ ਭਰ ਆਨੰਦ ਲੈ ਕੇ। ਇਸ ਦੁਨੀਆਂ ਦੇ ਉੱਤੇ ਇੱਕ ਹੀ ਸੱਚਾ ਹੈ ਅਤੇ ਅੱਗੇ ਲਿਖਿਆ ਅਵਰ ਨਾ ਸੱਚਾ ਭਾਲ, ਅਵਰ ਸੱਚਾ ਭਾਲ ਵਾਹਿਗੁਰੂ। ਭੱਬੇ ਨੂੰ ਕੰਨਾਂ ਅਤੇ ਲੱਲੇ ਨੂੰ ਸਿਹਾਰੀ, ਉਹ ਜਿਹੜੀ ਸਿਹਾਰੀ ਇਹ ਕੁਝ ਕਹਿੰਦੀ ਵੀ ਯੋਰ ਵੀ ਨਾ ਲਾਈ ਭਾਲਦਾ ਵੀ ਨਾ ਫਿਰੀ। ਇੱਕ ਤਾਂ ਭਾਲ ਹੈ ਨਾ ਵੀ ਭਾਲੀ ਨਾ, ਲੱਲੇ ਨੂੰ ਸਿਹਾਰੀ ਇਹ ਗੱਲ ਕਹਿੰਦੀ ਵੀ ਕਿਤੇ ਆਪਣੀ ਐਨਰਜੀ ਆਪਣਾ ਤੇਲ ਨਾ ਫੂਕੀ ਇਸ ਧਰਤੀ 'ਤੇ। ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਤੇ ਸੱਚ ਨਹੀਂ ਹੈਗਾ, ਲੱਭਦਾ ਵੀ ਨਾ ਫਿਰੀ। ਭਾਲਦਾ ਮਤਲਬ ਲੱਭੀ ਵੀ ਨਾ, ਪਤਾ ਧੀ ਉਹ ਲੱਗ ਗਿਆ, ਪਕੜ 'ਚ ਆਈ ਗੱਲ। ਨਾਨਕ ਸੱਚਾ ਏਕ ਹੈ, ਬੋਲੋ ਅਵਰ ਨਾ ਸੱਚਾ ਪਹਾੜ। ਨਾਨਕ ਵਖਾਣੇ ਬੇਨਤੀ ਤੁਦ ਬਾਜ, ਆਸਾ ਦੀ ਵਾਰ ਨਹੀਂ ਆਉਂਦੀ ਤੁਦ ਬਾਜ, ਮੈਂ ਤੈਨੂੰ ਬੇਨਤੀ ਕਰਦਾ ਤੇਰੇ ਤੋਂ ਬਿਨਾਂ ਸਭ ਝੂਠ। ਕਿੱਦਣ ਫੜੋਗੇ, ਕਿੱਦਣ ਇਸ ਗੱਲ ਨੂੰ ਝੂਠ ਦੇ ਪਿੱਛੇ ਭੱਜ ਕੇ ਆਖੋ ਵਾਹਿਗੁਰੂ। ਇਹ ਜਗਤ ਦੀ ਪ੍ਰੀਤੀ ਵੀ ਝੂਠੀ ਹੈ, ਜਗਤ ਮੈਂ ਝੂਠੀ ਦੇਖੀ ਪ੍ਰੀਤ,
ਕਹਿੰਦਾ ਮੇਰੇ ਮਿੱਤਰ ਬੜੇ ਆ, ਕਹਿੰਦਾ ਸੱਜਣਾ ਮੇਰੇ ਕੋਲੋਂ ਸੁਣ ਲਾ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਆਪਣੇ ਹੀ ਸੁੱਖ ਸਿਓ ਸਭ ਲਾਗੇ, ਕਿਆ ਧਾਰਾ ਕਿਆ ਮੀਰ, ਕੀ ਤੇਰੇ ਦੋਸਤ ਅਤੇ ਕੀ ਤੇਰੀ ਔਰਤ। ਅੱਜ ਜਦੋਂ ਤੂੰ ਬਾਹਰੋਂ ਕੰਮ ਤੋਂ ਆਉਣਾ ਨਾ, ਤੇਰਾ ਬੈਗ ਫੜ ਕੇ ਬੜੇ ਸਤਿਕਾਰ ਨਾਲ ਪਾਣੀ ਦਾ ਗਲਾਸ ਪਿਆ ਕੇ ਤੈਨੂੰ ਕਹਿੰਦੀ ਸਰਦਾਰ ਸਾਹਿਬ ਮੇਰੇ ਬਹੁਤ ਚੰਗੇ ਨੇ, ਕਿਉਂਕਿ ਤੇਰੇ ਬੈਗ 'ਚ ਕੁਝ ਹੈਗਾ ਹੈ, ਤੇਰੇ ਬੈਗ 'ਚ ਕੁਛ ਹੈਗਾ, ਤੇਰੇ ਨਾਲ ਪਿਆਰ ਥੋੜ੍ਹਾ ਹੈ। ਕਿਹਦੇ ਨਾਲ ਆ ਜੀ? ਤੇਰੇ ਬੈਗ 'ਚ ਜੋ ਉਹਦੇ ਨਾਲ ਪਿਆਰ ਆ, ਕੌਣ ਕਰਦਾ ਕਿਸੇ ਨਾਲ ਪਿਆਰ? ਆਖੋ ਵਾਹਿਗੁਰੂ। ਕਹਿ ਨਹੀਂ ਦਿੰਦੇ ਹੁਣ ਕਰੋਨਾ ਦੇ ਵਿੱਚ ਬਾਪੂ ਨੂੰ ਸਿੱਧੇ ਲੈ ਜਾਓ ਜੀ ਘਰ ਨੂੰ, ਨਾ ਲੈ ਕੇ ਆਇਓ। ਹੁਣ ਬਾਪੂ ਕੋਲ ਹੈ ਕੁਝ ਨਹੀਂ। ਜਿੱਧਰ ਬਾਪੂ ਕੋਲ ਪੈਸੇ ਸੀ ਕਿਸੇ ਨੇ ਗੱਡੀ 'ਚ ਵੀ ਪਾ ਲਿਆ ਅਤੇ ਕਹਿੰਦੇ ਟਾਈਮ ਨਾਲ ਡੈਡੀ ਨੂੰ ਘਰ ਛੱਡ ਦਿਓ, ਕਿਉਂਕਿ ਡੈਡੀ ਦੇ ਕੋਲ ਕੁਛ ਹੈਗਾ ਹੈ। ਸਾਹਿਬ ਜੀ ਕਹਿੰਦੇ ਆਪਣੇ ਸੁੱਖ ਸਿਓਂ ਹੀ ਸਭ ਲਾਗੇ, ਇੱਕ ਨਹੀਂ, ਦੋ ਨਹੀਂ, ਤਿੰਨ ਨਹੀਂ, ਚਾਰ ਨਹੀਂ, ਪੰਜ ਨਹੀਂ, ਸਭ ਲਾਗੇ, ਜਿੰਨੇ ਭੈਣ ਭਰਾ ਨੇ ਸਭ ਜਿਹੜੇ ਨੇ ਇਹ ਸਾਰੇ ਆਪਣੇ ਸੁੱਖ ਨਾਲ ਤੇਰੇ ਲਈ ਚੰਬੜੇ ਹੀ। ਕਿਆ ਦਾਰਾ, ਦਾਰਾ ਮਿਲੇ ਇਸਤਰੀ, ਇਸਤਰੀ ਘਰਵਾਲੀ, ਕਿਆ ਦਾਰਾ, ਕਿਆ ਮੀਤ, ਮੀਤ ਬਣੇ ਮਿੱਤਰ, ਕੀ ਤੇਰੇ ਮਿੱਤਰ ਅਤੇ ਕੀ ਤੇਰੀ ਔਰਤ, ਅਤੇ ਸਾਰੇ ਆਪੋ ਆਪਣੇ ਸੁੱਖਾਂ ਲਈ ਬੈਠੇ। ਵੈਸੇ ਤੁਸੀਂ ਸੁਣ ਲਿਆ, ਮੈਂ ਇੱਕ ਦਿਨ ਅੱਗੇ ਵੀ ਕਿਹਾ ਸੀ, ਫੀਲਿੰਗ ਆਉਣੀ ਬੜੀ ਜ਼ਰੂਰੀ ਹੈ। ਜਿੱਦਣ ਸੱਚਮੁੱਚੀ ਮੇਰੀ ਹੱਥ ਜੋੜ ਕੇ ਬੇਨਤੀ ਕਿਤੇ ਕਥਾ ਫੀਲ ਹੋ ਗਈ, ਇੱਕ ਸ਼ਬਦ ਵੀ ਕਿਤੇ ਤੁਹਾਨੂੰ ਫੀਲ ਹੋ ਗਿਆ, ਮਹਿਸੂਸ ਹੋ ਗਿਆ, ਉਸੇ ਦਿਨ ਜ਼ਿੰਦਗੀ 'ਚ ਇਨਕਲਾਬ ਆ ਜਾਓ, ਇਨਕਲਾਬ ਆ ਜਾਓ, ਆਜ਼ਾਦੀ ਆ ਜਾਊਗੀ, ਆਜ਼ਾਦ ਹੋ ਜਾਓਗੇ ਸੱਚਮੁੱਚੀ। ਆਖੋ ਵਾਹਿਗੁਰੂ। ਮੇਰੋ ਮੇਰੋ ਸਭੇ ਕਹਿਤ ਹੈ, ਮੇਰੇ ਡੈਡੀ, ਮੇਰੀ ਮੰਮੀ, ਮੇਰੀ ਮਾਸੀ, ਮੇਰਾ ਪੁੱਤਰ, ਇਹ ਸਾਰੇ ਜਿਹੜੀ ਮੇਰੋ ਮੇਰੋ ਦੀ ਰੈਟਰ ਲੱਗੀ ਆ ਨਾ, ਆਖੋ ਵਾਹਿਗੁਰੂ। ਮੇਰੋ ਮੇਰੋ ਸਭੇ ਕਹਿਤ ਹੈ, ਬੋਲੋ ਭਲਾ, ਇੱਧਰ ਵੇਖੋ ਕਿਤੇ ਤਾਂ ਨਹੀਂ ਵੀ ਵਿੱਚੋਂ ਮਨ ਭੱਜਿਆ ਫਿਰਦਾ, ਮੇਰੋ ਮੇਰੋ, ਇਸ ਤਰ੍ਹਾਂ ਤਾਂ ਨਹੀਂ? ਹਾਜ਼ਰ ਹੋ ਕੇ ਵੀ ਇਹ ਸਾਰੇ ਕਹਿੰਦੇ ਮੇਰੇ ਮਾਮਾ ਜੀ, ਮੇਰੇ ਫੁੱਫੜ ਜੀ, ਮੇਰੇ ਚਾਚਾ ਜੀ, ਸਾਰੇ ਮੇਰਾ ਹੀ ਕਹਿੰਦੇ ਨੇ। ਆਖੋ ਵਾਹਿਗੁਰੂ। ਮੇਰੋ ਮੇਰੋ ਸਭੈ ਕਹਿਤ ਹੈ, ਹਿੱਤ ਸਿਓਂ ਬੰਦਿਓ ਜੀਤ, ਹਿੱਤ ਸਿਓਂ ਬੰਦਿਓ। ਆਪਣਾ ਚੇਤਾ ਇੱਕ ਪਿਆਰ ਦੇ ਵਿੱਚ ਬੰਨ ਕੇ ਅਤੇ ਸਾਰੇ ਕਹਿੰਦੇ ਚਾਚਾ ਮੇਰਾ ਹੈ, ਨਾਨਾ ਮੇਰਾ ਹੈ, ਮਗਰ ਗੱਲ ਦਾ ਅਸਲੀ ਬਹੁ ਪਰਪੰਚ ਕਰ ਪਰ ਧਨ ਲਿਆਵੇ। ਸੁਣੋ ਤੁਸੀਂ ਵੀ, ਇੱਥੇ ਤਾਂ ਚਲੋ ਕਿਤੇ ਘੱਟ ਹੋ, ਮਗਰ ਮੈਨੂੰ ਦੱਸਿਆ ਇੱਥੇ ਵੀ ਜਿਹਨੂੰ ਵਿਚਾਰੇ ਨੂੰ 14 ਰੁਪਈਏ ਘੰਟੇ 'ਤੇ ਲਿਆਉਂਦੇ ਨੇ, ਉਹਦੇ ਵਿੱਚੋਂ ਕੈਂਚੀ ਫੇਰਦੇ ਨੇ, ਫੇਰਦੇ ਦੱਸੋ, ਜਿਹਨੂੰ ਆਪਣੇ ਕੰਮ 'ਤੇ ਲਿਆਉਂਦੇ ਨਾ, ਤੈਨੂੰ 14 ਰੁਪਈਏ ਦਿਹਾੜੀ ਦਿਆਂਗੇ ਘੰਟਾ, ਉਹਦੇ ਵਿੱਚੋਂ ਕਿਤੇ ਨਾ ਕਿਤੇ ਕੈਂਚੀ ਫੇਰਦੇ ਨੇ। ਇੱਥੇ ਵੀ ਠੇਕੇਦਾਰ ਜਿਹੜਾ ਕੰਮ 'ਤੇ ਲੈ ਜਾਂਦਾ ਹੈ, ਉਹਨਾਂ ਬੱਚਿਆਂ ਦੇ ਪੈਸੇ ਵਿਚਾਰਾ ਮਜ਼ਦੂਰਾਂ ਦੇ ਖਾਂਦਾ ਹੈ, ਇਹ ਨਹੀਂ ਵੀ ਅਮਰੀਕਾ ਰੱਬ ਆ। ਆਖੋ ਵਾਹਿਗੁਰੂ। ਮਗਰ ਇਹ ਆ ਇੰਡੀਆ ਨਾਲੋਂ ਚੰਗਾ। ਆਖੋ ਵਾਹਿਗੁਰੂ। ਸਾਹਿਬ ਜੀ ਕਹਿੰਦੇ ਸਾਰੇ ਦੇ ਸਾਰੇ ਬਹੁ ਪਰਪੰਚ ਕਰ, ਉਹ ਜਿਹੜਾ ਠੇਕੇਦਾਰ ਪੈਸੇ ਖਰ ਕਿਆ ਹੇਰਾਫੇਰੀ ਕਰਕੇ, ਅਤੇ ਕਰਦਾ ਕੀ ਆ, ਕਿਤੇ ਖਾ ਜਾਂਦਾ ਰੁਪਈਏ। ਸੁੱਤਦਾਰਾ ਪੈ ਆਨ ਲੁਟਾਵੇ, ਬੋਲੋ ਸੁੱਤਦਾਰਾ, ਆਣ ਕੇ ਬੈਗ ਕਿਹਨੂੰ ਫੜਾਉਂਦਾ ਹੈ, ਜਾਂ ਪੁੱਤਰ ਨੂੰ ਜਾਂ ਔਰਤ ਨੂੰ? ਮਨ ਮੇਰੇ ਭੁੱਲੇ, ਇਹ ਆ ਹੁਣ ਸਮਝਣ ਦੀ ਗੱਲ,
ਮਨ ਮੇਰੇ ਭੁੱਲੇ ਕਪਟ ਨ ਕੀਜੈ, ਛਲ ਨਾ ਕਰਿਆ ਕਰ, ਅੰਤ ਨਬੇੜਾ ਤੇਰੇ ਜੀ ਪੈ ਲੀਜੇ। ਨਾ ਤੇ ਧੀ ਨੇ ਖਲੋਣਾ ਈ, ਨਾ ਪੁੱਤਰ ਨੇ, ਨਾ ਔਰਤ ਨੇ ਉੱਥੇ ਜਾ ਕੇ ਤੇਰੀ ਜਗ੍ਹਾ ਤੇ। ਆਖੋ ਵਾਹਿਗੁਰੂ, ਅੰਤ ਨਬੇੜਾ ਤੇਰੇ ਛਿਨ ਛਿਨ ਤਨ ਸੀਜੇ, ਜਰਾ ਜਨਾਵੇਂ ਅੱਖ ਦੇ ਫਿਰਕੇ ਫਿਰਕੇ ਨਾਲ ਤੇਰਾ ਸਰੀਰ ਕਮਜ਼ੋਰ ਹੋ ਰਿਹਾ ਤੇ ਬੁਢੇਪਾ ਤੈਨੂੰ ਜਣਾ ਰਿਹਾ, ਮੈਂ ਆ ਰਿਹਾ, ਮਗਰ ਕਰਤੂਤਾਂ ਬੁੱਢੇ ਹੋਇਆਂ ਵੀ ਨਹੀਂ ਉਹ ਛੱਡੀਆਂ। ਛਿਨ ਛਿਨ ਤਨ ਸੀਜੇ, ਜਰਾ ਜਰਾ ਬਣੇ ਬੁਢੇਪਾ ਤੇ, ਛਿਨ ਛਿਨ ਤਨ ਸੀਜੇ ਜਰਾ ਜਨਾਵੇ, ਇੱਕ ਦਿਨ ਆਉਣਾ ਹੀ ਤਬ ਤੇਰੀ ਓਕ ਕੋਈ ਪਾਣੀਓ ਨਾ ਪਾਵੇ। ਤੂੰ ਬੁੱਕ ਕਰਨਾ ਹੈ ਜਿਹੜੀ ਨੌਂ ਨੂੰ ਅੱਜ ਰੁਪਈਏ ਲਿਆ ਲਿਆ ਦੇਣਾ ਹੈ, ਤੂੰ ਬੁੱਕ ਕਰਨਾ ਹੈ ਬੇਟਾ, ਪਾਣੀ ਦਾ ਬੁੱਕ ਦੇ ਦੇ। ਉਹਨੂੰ ਕਹਿਣਾ ਚੱਲ ਵਿਹਲੇ ਬੈਠੇ, ਮੈਂ ਨਹੀਂ ਕਹਿੰਦਾ ਗੁਰਬਾਣੀ ਕਹਿੰਦੀ। ਤਬ ਤੇਰੀ ਓਕ, ਓਕ ਮੈਨੇ ਬੁੱਕ, ਕੋਈ ਪਾਣੀਓ ਨਾ ਪਾਵੇ। ਕਹਿਤ ਕਬੀਰ ਕੋਈ ਨਹੀਂ ਤੇਰਾ, ਸਮਝ ਲਾ ਬੰਦੇ ਇੱਥੇ ਤੇਰਾ ਇੱਕੋ ਹੀ ਆ, ਵਾਹਿਗੁਰੂ 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 ਵਾਹਿਗੁਰੂ। ਇਹ ਸਾਰੇ ਅਕਾਊਂਟ 'ਚ ਪੈਸੇ ਪੈ ਰਹੇ ਆ, ਕਿਤੇ ਨਹੀਂ ਜਾ ਰਹੇ। ਜਦੋਂ ਮਰਜ਼ੀ ਚੈੱਕ ਕਰ ਲਿਓ ਅਕਾਊਂਟ। ਸਤਨਾਮ ਸ੍ਰੀ ਰਾਮ। ਮੈਂ ਹੁਣ ਬਾਲਟੀਮੋਰ ਕਥਾ ਕਰਕੇ ਆਇਆ। ਆਖੋ ਵਾਹਿਗੁਰੂ। ਮੇਰੇ ਕੋਲ ਜਿਹੜੀ ਮਾਇਆ, ਮੈਂ ਬਾਲਟੀਮੋਰ ਤੋਂ ਬੈਂਕ ਵਿੱਚ ਪਾ ਦਿੰਦਾ, ਮੇਰਾ ਰਿਕਾਰਡ ਬੋਲੂਗਾ ਵੀ ਇਹ ਪੈਸੇ ਤੋਂ ਇਸ ਸ਼ਹਿਰ ਤੋਂ ਹੋਏ। ਰੱਬ ਦੇ ਘਰ ਜਿਹੜਾ ਤੁਹਾਡਾ ਅਕਾਊਂਟ ਖੁੱਲ੍ਹਾ ਹੈ ਨਾ, ਆਹ ਜਿਹੜਾ ਜਪਿਆ ਹੈ ਨਾ, ਨਾਲ ਲਿਖਿਆ ਜਾਣਾ ਹੈ ਇਹ ਤੂੰ ਸਟੋਕਟਨ ਗਦਰੀ ਬਾਬਿਆਂ ਦੀ ਸੰਗਤ 'ਚ ਬਹਿ ਕੇ ਪੈਸੇ ਜਮ੍ਹਾਂ ਕਰਾਏ, ਫਿਰ ਇਹਨੂੰ ਟੈਕਸ ਕੋਈ ਨਹੀਂ। ਆਖੋ ਵਾਹਿਗੁਰੂ। ਜੇਜੀਆ ਇੱਕ ਸ਼ਬਦ ਹੈ, ਜਜੀਆ ਤੂੰ ਤੇ ਉੱਥੋਂ ਜਜੀਆ, ਉਹਨੂੰ ਜੇਜੀਆ ਲਿਖਿਆ ਗੁਰਬਾਣੀ। ਜੇਜੀਆ ਡਨ ਕੋ ਲੈਣਾ ਜਕਾਤ, ਜਕਾਤੀ ਮਸੂਲ ਚੁੰਗੀ ਜਿਹੜੀ ਹੁੰਦੀ ਆਉਂਦੇ ਇਸ ਢੰਗ ਦੇ ਉੱਤੇ, ਨਾ ਜਜੀਆ ਲੱਗਦਾ ਹੈ, ਨਾ ਡਨ ਲੱਗਦਾ ਹੈ, ਨਾ ਜਕਾਤ ਲੱਗਦਾ ਹੈ। ਕਿਉਂ ਨਹੀਂ ਲੱਗਦਾ ਜੀ? ਇਹ ਦਰਗਾਹ ਤੱਕ ਜਾਊਗਾ ਅਤੇ ਰਸਤੇ ਦੇ ਵਿੱਚ ਟੈਕਸ ਤੇ ਪਊਗਾ ਹੀ। ਆਖੋ ਵਾਹਿਗੁਰੂ। ਕਹਿੰਦੇ ਨਹੀਂ, ਸਤਿਗੁਰ ਕਰ ਦੀਨੀ, ਬੋਲੋ ਇਹ ਸ਼ਬਦ ਬੜੇ ਪਿਆਰੇ ਜੇ, ਧਿਆਨ ਨਾਲ ਸੁਣਿਓ, ਸੁਚੇਤ ਹੋ ਗਏ। ਸਤਿਗੁਰ ਨਹੀਂ ਧੁਰ ਕੀ ਸ਼ਾਪ, ਇਸ ਧਨ ਦੇ ਉੱਤੇ ਉਹਨੇ ਆਪਣਾ ਮੋਹਰ ਲਾਤੀ ਹੈ ਵੀ ਆਹ ਜਿਹੜਾ ਥੈਲਾ ਭਰਿਆ ਹੈ ਨਾ ਗਦਰੀ ਬਾਬਿਆਂ ਦੀ ਸੰਗਤ 'ਚ ਬਹਿ ਕੇ ਇਹਨਾਂ ਨਾਲ ਜੀਆਂ ਨੇ ਜਪਿਆ ਹੈ, ਇਹਦੇ 'ਤੇ ਉੱਤੇ ਨਾ ਕੋਈ ਡਨ ਲੱਗਣਾ, ਨਾ ਇਹਨੂੰ ਰੋਕਣਾ, ਨਾ ਇਹਨੂੰ ਕੋਈ ਰਾਜ ਖੋਲ ਹੀ ਸਕਦਾ ਹੈ।
ਪਤਾ ਜੇ ਨਾ ਉੱਤੇ ਲਾਖ ਜੀ ਲਾ ਕੇ ਤੇ ਉੱਤੇ ਸਟੈਂਪ ਲਾ ਦਿੰਦੇ ਵੀ ਇਹ ਫਲਾਣੇ ਪਿੰਡ ਦੀ ਡਾਕ ਆ, ਆਹ ਜਿਹੜਾ ਤੁਹਾਡਾ ਖੱਟਿਆ ਹੋਇਆ ਪੈਸਾ ਸਿੱਧਾ ਸੱਚਖੰਡ ਦੀ ਡਾਕ ਆ, ਏ ਉੱਥੇ ਹੀ ਖੁੱਲ੍ਹਣੀ। ਕੱਚ ਪਕਾਈ ਨਾਨਕ ਗਿਆ, ਸਾਰਿਆਂ ਦੀਆਂ ਪੰਡਾਂ ਉੱਥੇ ਖੁੱਲ੍ਹਣੀਆਂ ਨੇ। ਮਗਰ ਧੰਨ ਨੇ ਜਿਨ੍ਹਾਂ ਦੇ ਧੰਨ ਦੇ ਉੱਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਮੋਹਰ ਲਾ ਦਿੱਤੀ। ਮੇਰੋ ਮੇਰੋ ਸਭੇ ਕਹਿਤ ਹੈ ਹਿਤ ਸਿਉ ਬਾਂਧਿਓ ਚੀਤ। ਇਹ ਜਿਹੜੇ ਮੇਰਾ ਮੇਰਾ ਕਰਨ ਵਾਲੇ ਨੇ ਨਾ, ਅੰਤਕਾਲ ਸੰਗੀ ਨੇ ਕੋ ਇਹ ਅਚਰਜ ਹੈ ਰੀਤ। ਇਹ ਅਚਰਜ ਜੀ ਇੱਕ ਰੀਤ ਹੈ, ਜਿਹੜੇ ਸਾਰਾ ਜੀਵਨ ਕਹਿੰਦੇ ਰਹੇ ਮੇਰਾ ਮੇਰਾ ਮੇਰਾ, ਅੰਤਕਾਲ ਕੋਈ ਸੰਗੀ ਨਹੀਂ ਹੋਇਆ। ਆਖੋ ਇਹ ਗੁਰੂ ਮਗਰ ਪਿੱਛੇ ਜਾ ਕੇ ਕਹਿੰਦੇ ਮਨ ਮੂਰਖ ਅਜਹੂ ਨੇ ਸਮਝਤ। ਮੇਰਾ ਮਨ ਮੂਰਖ ਇੰਨੀਆਂ ਗੁਰੂ ਦੀਆਂ ਗੱਲਾਂ ਸੁਣੀਆਂ ਮਗਰ ਅਜੇ ਵੀ ਇੱਥੋਂ ਜਾ ਕੇ ਬਾਹਰ ਸੁੱਕੇ ਦਾ ਸੁੱਕਾ। ਵੇਖਿਆ ਤੁਸੀਂ ਕਦੀ ਕਿਸੇ ਨੂੰ ਪੁੱਛੋ ਕਿੱਥੋਂ ਆਇਆ, ਕਹਿੰਦਾ ਸਰੋਵਰ 'ਚੋਂ ਆਇਆ। ਕਿੱਤਰਾ ਗਿਆ ਸੈ, ਕੱਪੜੇ ਲਾ ਕੇ ਗਿਆ ਸੈ, ਆਖੋ ਵਾਹਿਗੁਰੂ। ਕਹਿੰਦਾ ਨਹੀਂ, ਮੈਨੂੰ ਤਾਂ ਸਰੋਵਰ ਮਿਲਿਆ ਸੀ, ਮੈਂ ਕੱਪੜਿਆਂ ਸਮੇਤ ਹੀ ਛਾਲ ਮਾਰਤੀ। ਅਤੇ ਉਹਨੇ ਪੈਰਾਂ ਤੋਂ ਲੈ ਕੇ ਸਿਰ ਤੱਕ ਵੇਖ ਕੇ ਆਖਿਆ ਮੈਂ ਕਿੱਤਰਾ ਮੰਨਾਂ ਵੀ ਤੂੰ ਸਰੋਵਰ ਵਿੱਚੋਂ ਨਿਕਲ ਕੇ ਆਇਆ, ਕੱਪੜੇ ਤੇ ਤੇਰੇ ਸੁੱਕੇ। ਤੁਸੀਂ ਵੀ ਮਹਿਸੂਸ ਕਰਿਓ ਕਰੀ ਮੇਰੀਆਂ ਧੀਆਂ ਮੇਰੇ ਵੀਰ, ਸੁੱਕੇ ਹੀ ਆਏ ਹਾਂ ਅਤੇ ਸੁੱਕਿਆਂ ਮੁੜ ਜਾਣਾ ਹੈ। ਕੌਣ ਮੰਨੂੰਗਾ? ਤੁਸੀਂ ਸੰਤ ਸਰੋਵਰ 'ਚੋਂ ਨਹਾ ਕੇ ਆਏ ਹੋ। ਸੰਤ ਸਰੋਵਰ ਨਹਾਵੇ ਸੋ ਜਨ ਪਰਮ ਗਤ ਪਾਵੇ, ਮਰੇ ਨਾ ਆਵੇ ਜਾਈ। ਜਿਹੜਾ ਇਸ ਸਰੋਵਰ 'ਚ ਇਸ਼ਨਾਨ ਕਰ ਲੈਂਦਾ ਨਾ ਉਹ ਮਰਦਾ, ਨਾ ਉਹ ਆਉਂਦਾ, ਨਾ ਉਹ ਜਾਂਦਾ। ਇਹ ਜਿੱਥੇ ਤੁਸੀਂ ਬੈਠੇ ਨੂੰ ਸੰਤ ਸਰੋਵਰ ਆਖਿਆ। ਆਖੋ ਵਾਹਿਗੁਰੂ। ਮਨ ਮੂਰਖ ਅਜਹੂ ਨੇ ਸਮਝਤ, ਸਿੱਖ ਦੇ ਹਾਰਿਓ ਨੀਤ। ਨੇਤਾ ਪ੍ਰਤੀ ਕਿਸੇ ਕਥਾਵਾਚਕ ਤੋਂ ਕਿਸੇ ਕੀਰਤਨੀਏ ਤੋਂ ਜਿਹੜਾ ਕੀਰਤਨ ਵੀ ਸੁਣਦੇ ਵੀ ਸਿੱਖਿਆ ਹੀ ਆ। ਇਹ ਵੀ ਕੀ ਆ? ਸਿੱਖਿਆ ਹੈ। ਕੁਝ ਨਾ ਕੁਝ ਸਿੱਖਣ ਨੂੰ ਗੁਰਬਾਣੀ ਤੈਨੂੰ ਸੁਣਾਉਂਦੀ, ਕੁਝ ਨਾ ਕੁਝ ਕਹਿੰਦੀ। ਬੰਦਿਆ ਚੁਗਲੀ ਨਾ ਕਰੀ, ਬੰਦਿਆ ਨਿੰਦਾ ਨਾ ਕਰੀ, ਬੰਦਿਆ ਪਾਪ ਨਾ ਕਰੀ, ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ। ਬਾਣੀ ਦੇ ਵਿੱਚੋਂ ਕੀਰਤਨ 'ਚੋਂ ਮੈਂ ਬੜਾ ਕੁਝ ਸੁਣਦਾ, ਸਿੱਖ ਦੇ ਹਾਰਿਓ ਨੀਤ। ਹਾਰ ਗਿਆ ਵਾ ਸਿੱਖਿਆ ਦੇ ਦੇ ਕੇ। ਫਿਰ ਆਖਿਆ ਮਹਾਰਾਜ ਹੁਣ ਦੱਸੋ ਨਾ ਕਰਾਂ ਕੀ। ਨਾਨਕ ਭਉ ਜਲ ਪਾਰ ਪਰੇ, ਤੂੰ ਭਉ ਜਲ ਤੋਂ ਪਾਰ ਲੰਘ ਸਕਦਾ ਹੈ। ਕਰਾਂ ਕੀ? ਜੋ ਗਾਵੇ ਪ੍ਰਭ ਕੇ ਗੀਤ, 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 ਜੋ ਗਾਵੇ ਪ੍ਰਭ ਕੇ ਗੀਤ। ਵਾਹਿਗੁਰੂ 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 ਵਾਹਿਗੁਰੂ, ਇਹ ਪ੍ਰਭੂ ਦਾ ਗੀਤ ਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਮਾਂ ਹੋ ਗਿਆ, ਗੁਰੂ ਸਾਹਿਬ ਤੁਹਾਨੂੰ ਉਦਮ ਬਖਸ਼ੇ। ਰੋਜ਼ ਆਓ, ਸੁਣੋ ਨਾਮੇ ਪਾਤਸ਼ਾਹ ਦੇ ਵਿਰਾਗਮਈ ਬਚਨ। ਅੱਜ ਵੀ ਵਿਰਾਗ ਹੀ ਸੀ। ਝੂਠੀ ਦੇਖੀ ਪ੍ਰੀਤ, ਜਗਤ ਮੈਂ ਝੂਠੀ ਦੇਖੀ, ਇਹ ਵਿਰਾਗ ਹੀ ਤੇ ਹੈ। ਆਖੋ ਵਾਹਿਗੁਰੂ। ਇੱਕ ਬੰਗਾਲੀ ਕਵੀ ਨੇ ਲਿਖਿਆ, ਇੱਕ ਮਿੰਟ ਲੈਣਾ ਇਸ ਤਰ੍ਹਾਂ ਬੈਠੋ। ਉਹ ਕਹਿੰਦਾ ਵੀ ਜਦੋਂ ਗੁਰੂ
ਤੇਗ ਬਹਾਦਰ ਪਾਤਸ਼ਾਹ ਦੋ ਜਹਾਨ ਦੇ ਮਾਲਕ ਜੀ ਬੰਗਾਲ ਦੀ ਯਾਤਰਾ 'ਤੇ ਗਏ ਅਤੇ ਮੈਂ ਨਾਲ ਸਾਂ। ਉਹਦੀ ਡੈਰੀ ਕਲਕੱਤੇ ਯੂਨੀਵਰਸਿਟੀ 'ਚ ਅਜੇ ਪਈ, ਜਿਹੜਾ ਉਹਨੇ ਨੋਟ ਲਿਖੇ ਅੱਖ ਵਾਹਿਗੁਰੂ। ਉਹ ਕਹਿੰਦਾ ਮੈਂ ਨਾਲ ਗਿਆ, ਜਿੰਨਾ ਚਿਰ ਮਹਾਰਾਜ ਬੰਗਾਲ 'ਚ ਪ੍ਰਚਾਰ ਕੀਤਾ ਮੈਂ ਨਾਲ ਰਿਹਾ, ਜਿਹੜੇ ਕੈਂਪ ਵਿੱਚ ਉਹ ਹੁੰਦੇ ਸੀ ਉੱਥੇ ਮੈਂ ਵੀ ਨਾਲ ਹੁੰਦਾ ਸਾਂ, ਅੱਖ ਵਾਹਿਗੁਰੂ। ਕਹਿੰਦੇ ਮੈਂ ਇੱਕ ਗੱਲ ਨੋਟ ਕੀਤੀ ਵੀ ਮਹਾਰਾਜ ਉੱਠਦੇ ਕਿੰਨੇ ਵਜੇ ਸੀ, ਮਹਾਰਾਜ ਛੱਡਦੇ ਕਿੰਨਾ ਸੀ, ਮਹਾਰਾਜ ਸੌਂਦੇ ਕਿੰਨਾ ਸੀ। ਸਾਰੀਆਂ ਗੱਲਾਂ ਦੇ ਵਿੱਚੋਂ ਮੈਂ ਇੱਕ ਗੱਲ ਉਹਨਾਂ ਦੀ ਖਾਸ ਸਮਝੀ, ਕਿੰਨਾ ਦੀ ਨਹੀਂ, ਗੁਰੂ ਤੇਗ ਬਹਾਦਰ ਹਾਜ਼ਰ ਨਹੀਂ, ਗੁਰੂ ਤੇਗ ਬਹਾਦਰ ਮਹਾਰਾਜ ਦੀ ਇੱਕ ਖਾਸ ਗੱਲ ਲੱਭੀ ਜਿਹੜੀ ਦੁਨੀਆਂ ਤੋਂ ਵੱਖਰੀ ਸੀ। ਉਹ ਬੰਗਾਲੀ ਕਵੀ ਕਹਿੰਦਾ ਵੀ ਗੁਰੂ ਤੇਗ ਬਹਾਦਰ ਸਾਹਿਬ ਸਾਰੀ ਜ਼ਿੰਦਗੀ ਕਦੀ ਹੱਸੇ ਨਹੀਂ, ਨਹੀਂ ਪਤਾ ਲੱਗਾ ਕਦੀ ਹੱਸੇ ਨਹੀਂ। ਅਤੇ ਕਹਿੰਦਾ ਜਿੱਦਣ ਚਾਂਦਨੀ ਚੌਂਕ 'ਚ ਮਹਾਰਾਜ ਨੂੰ ਸ਼ਹੀਦ ਕਰਨਾ ਸੀ, ਸੰਯੋਗ ਵੱਸ ਉੱਦਣ ਵੀ ਮੈਂ ਦਿੱਲੀ ਸਾਂ, ਅਤੇ ਮੈਨੂੰ ਪਤਾ ਲੱਗਾ ਵੀ ਇਸ ਤਰ੍ਹਾਂ ਉਹਨਾਂ ਨੂੰ ਸ਼ਹੀਦ ਕਰਨਾ, ਅਤੇ ਮੈਂ ਉੱਥੇ ਗਿਆ ਜਗ੍ਹਾ 'ਤੇ, ਅਤੇ ਮੈਂ ਆਪਣੀ ਅੱਖੀਂ ਵੇਖਿਆ ਡੈਰੀ 'ਚ ਲਿਖਦਾ ਹੈ ਜਦੋਂ ਇੱਥੇ ਤੇਗਾ ਜਲਾਦ ਨੇ ਲਿਆਂਦਾ ਹੈ, ਅਤੇ ਆਖਿਆ ਤੇਗ ਬਹਾਦਰ ਤਿਆਰ ਹੋ ਜਾ ਮੈਂ ਤੇਰਾ ਸਿਰ 'ਤੇ ਧੜ ਅਲੱਗ ਕਰਨ ਲੱਗਾ। ਉੱਦਣ ਖਿੜ ਕੇ ਹੱਸਿਆ, ਕਰਕੇ ਹੱਸ ਕੇ ਕਹਿੰਦਾ ਨਹੀਂ ਤੇਰੀ ਤੇਗ ਵਿੱਚ ਇੰਨਾ ਜ਼ੋਰ ਨਹੀਂ, ਤੂੰ ਤੇਗ ਬਹਾਦਰ ਦੇ ਦੋ ਟੋਟੇ ਕਰਦੇ। ਕਹਿੰਦਾ ਮੈਂ ਕਈਆਂ ਦੇ ਕੀਤੇ, ਕਹਿੰਦਾ ਕੱਪੜੇ ਪਾੜੇ ਨੇ ਤੈਨੂੰ ਗਿਆਨ ਨਹੀਂ, ਇਹ ਸਰੀਰ ਇੱਕ ਕੱਪੜਾ ਹੈ, ਤੇਰੀ ਤੇਗ ਇੱਕ ਸਰੀਰ ਦੇ ਕੱਪੜੇ ਨੂੰ ਪਾੜ ਸਕਦੀ, ਜਿਹੜੀ ਅੰਦਰ ਜਗਦੀ ਜੋਤ ਆ, ਜਿਹੜਾ ਸਿੱਧਕ ਆ, ਜਿਹੜਾ ਮੇਰਾ ਸੁਭਾਅ ਹੈ, ਤੇਰੀ ਤੇਗ ਉਹਨੂੰ ਦੋ ਟੋਟੇ ਨਹੀਂ ਕਰ ਸਕਦੀ। ਉਹਨੇ ਕਿਹਾ ਮੈਂ ਕਰ ਦੇਣੇ, ਉਹਨੇ ਕਿਹਾ ਤੂੰ ਕਰਕੇ ਵੇਖ, ਇਹ ਜਿਹੜੇ ਦੋ ਟੋਟੇ ਹੋਏ ਨੇ ਇਹ ਦੋਵੇਂ ਫਿਰ ਜੁੜ ਜਾਣੇ ਨੇ, ਅੱਖ ਵਾਹਿਗੁਰੂ, ਅਤੇ ਇਹਦੀ ਇੱਕ ਚਾਦਰ ਬਣ ਜਾਣੀ। ਸੋਨੀ ਤੇਰਾ ਮਿੰਟ, ਇੱਕ ਮਿੰਟ ਤੇ ਰਹਿ ਗਏ, ਇਹਦੀ ਇੱਕ ਦੋਵਾਂ ਟੋਟਿਆਂ ਦੀ ਚਾਦਰ ਬਣ ਜਾਣੀ, ਅਤੇ ਉਸ ਏਡੀ ਵੱਡੀ ਚਾਦਰ ਨੇ ਧਰਮੀ ਲੋਕਾਂ ਦੇ ਪਰਦੇ ਢੱਕ ਲੈਣੇ ਆ। ਅਤੇ ਮੈਂ ਤੈਨੂੰ ਇਹ ਵੀ ਦੱਸਦਾ ਹੀ, ਤੈਨੂੰ ਤੇਗ ਚਲਾਉਣ ਦਾ ਬੜਾ ਸ਼ੌਂਕ ਹੈ ਨਾ, ਔਰੰਗਜ਼ੇਬ ਨੂੰ ਵੀ ਕਿਹਾ ਵੀ ਤੈਨੂੰ ਤੇਗ ਦਾ ਬੜਾ ਸ਼ੌਂਕ ਆ, ਜਿਹੜਾ ਅਗਲਾ ਮੇਰਾ ਜਨਮਿਆ ਨਾ ਤੇਰੀ ਉਹ ਵੀ ਰੀਝ ਲਾ ਦੂੰ। ਨਹੀਂ ਪਤਾ ਲੱਗਾ ਜੀ, ਅਗਲੇ ਜਨਮ 'ਚ ਤੇਰੀ ਤੇਗ ਦੀ ਵੀ ਰੀਝ ਲਾ ਦੂੰ। ਅਤੇ ਫਿਰ ਸਾਹਿਬ ਨੇ ਲਾਈ, 14 ਵਾਰ ਜੰਗ ਹੋਈ ਦਿੱਲੀ ਨਾਲ ਮੇਰੇ ਗੁਰੂ ਦੀ, ਅਤੇ 14 ਵਾਰ ਹੀ ਛੱਕੇ ਛਡਾਏ ਗੁਰੂ ਗੋਬਿੰਦ ਸਿੰਘ ਸਾਹਿਬ ਨੇ। ਐਸਾ ਮੇਰਾ ਸਤਿਗੁਰੂ ਹੈ, ਮਾਣ ਕਰਿਆ ਕਰੋ, ਤੁਦਨੋਂ ਛੋੜ ਜਾਈਏ ਪ੍ਰਭ ਕੈ ਧਾਰ, ਆਣ ਨਾ ਬੀਆ ਤੇਰੀ ਸੰਸਰ। ਮਹਾਰਾਜ ਤੇਰਾ ਦਰ ਛੱਡ ਕੇ ਕਿੱਥੇ ਜਾਈਏ, ਤੇਰੇ ਬਰਾਬਰ ਕੋ ਹੋਰ ਹੈ ਹੀ ਨਹੀਂ। ਇਸ ਕਰਕੇ ਦ੍ਰਿੜ ਕਰੋ, ਸਤਸੰਗਤ ਤੋਂ ਬਿਨਾਂ ਕਿਤੇ ਨਹੀਂ ਜਾਣਾ, ਸਤਸੰਗਤ ਕਰਨੀ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇ। ਇਹ ਵੀ ਗੱਲ ਵੇਖਣੀ, ਜੈ ਸਤਿਗੁਰ ਤੈ ਸਤਸੰਗਤ ਬਣਾਈ, ਚੇਤਾ ਕਰਿਓ ਸੰਗਤ ਉੱਥੇ ਬਣਦੀ ਜਿੱਥੇ ਸਾਹਿਬ ਦਾ ਪ੍ਰਕਾਸ਼ ਹੋਵੇ। ਭੁੱਲਾ ਨਾ ਚਿਤਾਰਿਓ, ਅਸੀਸ ਬਖਸ਼ੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।